ਜਦ ਇਸ ਦੇਸ਼ ਦੇ ਵਿੱਚ ਸ਼ੁਰੂਆਤ ਕੀਤੀ ਜਿਹੜੇ ਲਕਵ ਸਾਨੂੰ ਮਿਲਦੇ ਉਹਨਾਂ ਕਰਕੇ ਬੜੀ ਤੰਗੀ ਹੁੰਦੀ। ਕੈਨੇਡੀਅਨ ਪਾਸਪੋਰਟ ਖੀਸੇ 'ਚ ਹੁੰਦਾ ਜਦ ਕਿਸੇ ਨੂੰ ਮਿਲਦੇ ਇੰਡੋ ਕੈਨੇਡੀਅਨ, ਪਰ ਕਦੇ ਯੂਰਪੀਅਨ ਕੈਨੇਡੀਅਨ ਨਾ ਕਿਹਾ ਜਾਂਦਾ। ਲੈਂਡ ਆਫ ਇਮੀਗ੍ਰੈਂਟਸ ਆ, ਨੇਟਿਵ ਲੋਕ ਜਿਹੜੇ ਐਬਰੀਜਨਲ ਲੋਕ ਨੇ ਉਹਨਾਂ ਦੀ ਧਰਤੀ ਆ। ਜਿਵੇਂ ਏਰੀਅਨਸ ਨੇ ਦਰਾਵਿੜ ਧੱਕ ਕੇ ਸਾਊਥ ਦੇ ਵਿੱਚ ਵਾੜਤੇ ਸੀ, ਇਸ ਤਰ੍ਹਾਂ ਹੀ ਇਹ ਬੰਦੇ ਪਾਣੀਆਂ ਦੇ ਕੰਢੇ ਮੱਛੀਆਂ ਫੜਨ ਵਾਲੇ ਜਿਉਂ ਬਾੜੇ ਜੰਗਲਾਂ ਦੇ ਵਿੱਚ ਅਤੇ ਉੱਥੇ ਜੋਗੇ ਰਹਿ ਗਏ। ਕਬਰਾਂ ਮਿਲ ਗਈਆਂ ਜੀ, ਹੁਣ ਆਹ ਮਿਲ ਗਿਆ ਜੀ, ਇਹ ਮਿਲ ਗਿਆ ਜੀ, ਹੋਰ ਸੈਰੇਮਨੀ ਕਰਾਂਗੇ, ਰੀਕੌਂਸਲੀਏਸ਼ਨ ਕਰਾਂਗੇ। ਦੇਸ਼ ਕਿਸੇ ਦਾ, ਧਰਤ ਕਿਸੇ ਦੀ, ਰੀਕੌਂਸਲੀਏਸ਼ਨ ਕੀ ਕਰਨਾ ਮੈਨੂੰ ਇਹ ਸਮਝ ਨਹੀਂ ਸੀ ਲੱਗਦੀ, ਆਪਾਂ ਬਹੁਤ ਵਾਰ ਗੱਲਾਂ ਕਰਦੇ। ਇਸੇ ਤਰ੍ਹਾਂ ਹੀ ਸਾਨੂੰ ਇੰਡੋ ਕੈਨੇਡੀਅਨ ਸ਼ਬਦ ਬਹੁਤ ਨਿੱਜੀ ਤੌਰ 'ਤੇ ਮਾੜਾ ਲੱਗਦਾ। ਜਾਂ ਟੈਕਸੀ ਚਲਾਉਂਦੇ ਕਈ ਕਹਿੰਦੇ ਵੀ ਤੁਸੀਂ, ਤੂੰ ਕਿੱਥੋਂ ਆ, ਇੰਡੀਆ ਤੋਂ ਆ, ਅਤੇ ਉਹਨੂੰ ਕਹਿਣਾ ਨਹੀਂ ਮੈਂ ਇੱਥੋਂ ਹੀ ਆ, ਨਹੀਂ 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 ਬੇਸਿਕਲੀ ਕਿੱਥੋਂ ਆ, ਫਿਰ ਉਹਨਾਂ ਦੁਆਰਾ ਪੁੱਛਣਾ ਸਿਰਫ ਰੰਗ ਕਰਕੇ। ਜੇ ਰੰਗ ਸਾਫ਼ ਹੁੰਦਾ ਫਿਰ ਸ਼ਾਇਦ ਨਾ ਪੁੱਛਦੇ, ਕੋਈ ਯੂਰਪੀਅਨ ਬੰਦਾ ਇੱਕ ਦੂਜੇ ਨੂੰ ਨਹੀਂ ਪੁੱਛਦਾ ਤੂੰ ਕਿੱਥੋਂ ਆ। ਹੁਣ ਜਿਹੜਾ ਸਾਡੇ 'ਚ ਇਨਫਿਲਟਰਡ ਇੱਕ ਸ਼ਬਦ ਹੋ ਰਿਹਾ, ਸਾਊਥ ਏਸ਼ੀਅਨ ਹੋ ਰਿਹਾ, ਉਹਦੇ 'ਤੇ ਫੰਡਿੰਗਸ, ਉਹਦੀਆਂ ਰਿਸਰਚ, ਅਤੇ ਉਹਦੇ 'ਚ ਬੜਾ ਕੁਝ ਚੱਲ ਰਿਹਾ। ਬਹੁਤ ਵੱਡੀ ਹਿਸਟਰੀ ਆ ਸਾਡੀ, ਪਿਛਲੇ 123 ਸਾਲਾਂ ਤੋਂ ਸਿੱਖ ਇੱਥੇ ਰਹਿ ਰਹੇ ਨੇ। 1897 'ਚ ਸ਼ਾਇਦ ਸਿੱਖ ਆਇਆ ਪਹਿਲਾਂ, ਉਦੋਂ ਅੱਗੇ ਪਿੱਛੇ ਵੀ ਹੋ ਸਕਦਾ। ਪਰ ਹੁਣ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਉਹ ਇੱਕ ਚਿੰਤਾ ਦਾ ਵਿਸ਼ਾ ਨੇ, ਪਰ ਕੁਝ ਚਿੰਤਕ ਨੇ ਜਿਹੜੇ ਉਸ 'ਤੇ ਨਿਗਾਹ ਰੱਖਦੇ ਨੇ। ਰਾਜ ਸਿੰਘ ਪੰਡਾਲ ਬਾਈ ਜੀ, ਉਹਦੇ ਅਤੇ ਨਾਲ ਸਨੀ ਖਰੌੜ ਜੀ ਅਤੇ ਡਾਕਟਰ ਜਸਜੋਤ ਸਿੰਘ ਜੀ ਮਾਨ ਸਾਹਿਬ ਮਾਝੇ ਤੋਂ ਨੇ, ਸਾਡੇ ਮਿੱਤਰ ਨੇ, ਉਹ ਵੀ ਆਏ ਹੋਏ ਨੇ। ਸੋ ਬੇਸਿਕਲੀ ਇਹਦੇ 'ਤੇ ਗੱਲ ਅਸੀਂ ਅੱਜ ਕਰਨੀ ਹੈ, ਚਾਹੁੰਦੇ ਹਾਂ ਵੀ ਇਹ ਸ਼ਬਦ ਕਿੱਥੋਂ ਆਇਆ। ਖਰੌੜ ਸਾਹਿਬ ਨੇ ਬ੍ਰਿਟਿਸ਼ ਇੰਡੀਆ ਹਿਸਟਰੀ ਦੀ ਜਿਹੜੀ ਖਾਸ, ਅਤੇ ਬ੍ਰਿਟਿਸ਼ ਸਿੱਖ ਹਿਸਟਰੀ ਜਿਹੜੇ ਆਰਕਾਈਵਸ ਨੇ ਉਹਨਾਂ ਨੂੰ ਖਗੋਲਦੇ ਨੇ ਬਹੁਤ। ਰਾਜ ਸਿੰਘ ਪੰਡਾਲ ਸਦਾ ਇਹ 'ਤੇ ਕੰਮ ਕਰਦੇ ਨੇ। ਪੁਰਾਣਾ ਇਤਿਹਾਸ ਆ ਸਰਦਾਰ ਦੇ ਘਰ, 2 ਕਮਰੇ ਭਰੇ ਪਏ ਨੇ ਸਿੱਖਾਂ ਦੀਆਂ ਪੁਰਾਤਨ ਚੀਜ਼ਾਂ ਨੇ ਉਹਨਾਂ ਦੇ ਕੋਲ, ਅਤੇ ਡਾਕਟਰ ਮਾਨ ਇਸ ਗਰੁੱਪ ਦੇ ਵਿੱਚ ਨੇ, ਅਤੇ ਇਸ ਦੇ ਬਾਰੇ ਮੈਂ ਗੱਲਬਾਤ ਕਰਨੀ ਚਾਹੁੰਦਾ। ਪੰਡਾਲ ਸਾਹਿਬ, ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਅਤੇ ਸਾਰੇ ਸੁਣਨ ਵਾਲਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਅਤੇ ਅਸੀਂ ਪਹਿਲਾਂ ਹੀ ਮੈਂ ਜਿਹੜੀ ਗੱਲ ਇੱਕ ਬਹੁਤ ਸਪਸ਼ਟ ਸ਼ਬਦਾਂ 'ਚ ਕਹਿਣਾ ਚਾਹੁੰਦਾ ਕਿ ਸਾਊਥ ਏਸ਼ੀਅਨ ਇਜ਼ ਅ ਰੇਸਿਸਟ, ਇਟਸ ਅ ਰਿਡਕਟਿਵ, ਇਟਸ ਅ ਰਿਪਰੈਸਿਵ ਵਰਡ, ਅਤੇ ਇਹ ਸ਼ਬਦ ਮੈਨੂੰ ਜਮ੍ਹਾਂ ਗਾਲ ਵਰਗਾ ਲੱਗਦਾ। ਸੋ ਇਹ ਸਾਡੀ ਪੂਰੀ ਕਲੀਅਰ ਸਟੇਟਮੈਂਟ ਹੈ ਇਹ। ਸੋ ਇਹਦੇ ਵਿੱਚ ਕੋਈ ਕੁਛ ਨਹੀਂ ਜੀ, ਕੁਛ ਨਹੀਂ, ਲੀਕ ਘੱਤੀ ਹੋਈ ਆ, ਖਿੱਚੀ ਹੋਈ ਆ, ਕੋਈ ਉਹ 'ਚ ਇੱਦਾਂ ਨਹੀਂ ਹੈਗਾ, ਕੋਈ ਡਿਪਲੋਮੈਸੀ ਆ, ਕੋਈ ਅਸੀਂ ਇਹਨੂੰ ਇੱਦਾਂ ਕਰ ਦਾਂਗੇ ਇੱਦਾਂ। ਸੋ ਬੜੇ ਸਪਸ਼ਟ ਸ਼ਬਦਾਂ 'ਚ ਜਿੱਦਾਂ ਮੈਂ ਕਿਹਾ, ਸੋ ਇੱਦਾਂ ਹੀ ਅਸੀਂ, ਇੱਦਾਂ ਹੀ ਸਾਡੀ ਕਨਵਿਕਸ਼ਨ ਹੈ ਇਹਦੇ ਬਾਰੇ। ਵੈਰੀ ਗੁੱਡ, ਕਲੀਅਰ ਹੀ ਚਾਹੀਦੀ ਆ। ਹੋਰ ਸਾਹਿਬ, ਤੁਹਾਡਾ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨੇੜੇ ਰੱਖਿਓ ਜੀ ਮਾਈਕ, ਥੋੜ੍ਹਾ ਜਿਹਾ ਉੱਚਾ ਕਰ ਲਿਓ ਪਲੀਜ਼। ਅੱਛਾ, ਤੁਸੀਂ ਮੈਨੂੰ ਇਹ ਦੱਸਿਓ ਵੀ ਜਿਹੜੀ ਹਿਸਟਰੀ 'ਤੇ ਕੰਮ ਬਹੁਤ ਕਰਦੇ ਹੋ, ਇਹ ਸ਼ਬਦ ਕਿੱਥੋਂ ਹੋਇਆ, ਇਹ ਲੇਟਲੀ ਹੋਇਆ, ਕਦ ਤੋਂ ਇਹਦੀ ਗੱਲ ਚੱਲੀ ਆ, ਸਾਊਥ ਏਸ਼ੀਅਨ ਸ਼ਬਦ ਸਾਨੂੰ ਕਦ ਦੇਣਾ ਸ਼ੁਰੂ ਕੀਤਾ? ਇਹ ਤਾਂ ਜੀ ਇੱਦਾਂ ਹੋਇਆ ਵੀ ਜਦੋਂ ਅਸੀਂ ਆਏ, ਮੈਂ ਜਦੋਂ ਆਇਆ ਇੱਥੇ, ਕਦ ਆਏ ਜੀ ਤੁਸੀਂ? ਮੈਂ 90s ਦੇ ਵਿੱਚ ਆਇਆ, ਮਿਡ 90s ਦੇ ਵਿੱਚ। ਉਦੋਂ ਚੱਲਦਾ ਹੁੰਦਾ ਸੀਗਾ ਜੀ ਸ਼ਬਦ, ਐਕਚੁਲੀ ਜਿਸ ਜਿੱਥੇ ਮੈਂ ਆਇਆ ਸੀਗਾ, ਸਮਾਲ ਟਾਊਨ BC, ਨੌਰਥ BC 'ਚ, ਉੱਥੇ ਈਸਟ ਇੰਡੀਅਨ ਚੱਲਦਾ ਹੁੰਦਾ ਸੀਗਾ ਸਾਡੀ ਪਹਿਚਾਣ ਜਿਹੜੀ ਸੀਗੀ। ਫਿਰ ਜਦੋਂ ਮੈਂ ਇੱਥੇ ਮੂਵ ਹੋਇਆ ਉਦੋਂ ਇੰਡੋ ਕੈਨੇਡੀਅਨ, ਹਾਂ ਜੀ, ਉਦੋਂ ਇੰਡੋ ਕੈਨੇਡੀਅਨ ਹੋਇਆ, ਰਾਈਟ। ਉਹਦੇ ਬਾਅਦ ਫਿਰ ਕਰਦੇ ਕਰਦੇ ਮੈਂ ਇੱਕ ਫਰੈਂਡ ਦੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਇੱਕਦਮ ਹੀ ਇਹ ਚੇਂਜ ਜਿਹੜੀ ਹੈ ਸਾਊਥ ਏਸ਼ੀਅਨ ਦੇ ਉੱਤੇ, ਇਹ ਚੇਂਜ ਜਿਹੜੀ ਆਈ ਸਾਊਥ ਏਸ਼ੀਅਨ ਬਣ ਗਿਆ। ਉਹ ਅਕੈਡਮੀਆਂ ਦੇ ਵਿੱਚ ਜਿਹੜੀ ਹੈਗੀ ਆ, ਇਹ ਬਹੁਤ ਜ਼ਿਆਦਾ ਯੂਜ ਹੋਈ ਹੈ ਟਰਮ ਜਿਹੜੀ ਆ, ਸਾਊਥ ਏਸ਼ੀਅਨ ਟਰਮ। ਅਤੇ ਇਹਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਿਹੜੇ ਉੱਧਰਲੇ ਕੰਟਰੀਜ਼ ਹੈਗੇ ਆ, ਜਿੱਦਾਂ ਪਾਕਿਸਤਾਨ, ਅਫਗਾਨਿਸਤਾਨ ਹੋ ਗਿਆ, ਇੰਡੀਆ ਦੇ ਨਾਲ ਜਿਹੜੇ ਵੀ ਲੱਗਦੇ ਦੇਸ਼ ਆ, ਉਹ ਮਿਲ ਕੇ ਏਟ ਕੰਟਰੀਜ਼ ਆ, ਉਹਨਾਂ ਦੇ ਨਾਲ ਉਹ ਉਹਨਾਂ ਨੂੰ ਸਾਰੇ ਨੂੰ ਇੱਕ ਦੇ ਵਿੱਚ ਕਲੰਪ ਕਰਕੇ, ਅਤੇ ਉਹਨਾਂ ਨੂੰ ਕਿਹਾ ਵੀ ਅਸੀਂ ਇਸ ਰੀਜਨ ਨੂੰ, ਇੱਥੇ ਜਿਹੜੇ ਬੰਦੇ ਆ, ਤੁਸੀਂ ਇੱਕੋ ਹੀ ਆ, ਤੁਸੀਂ ਸਾਊਥ ਏਸ਼ੀਅਨ ਆ। ਸੋ ਉਹਦੇ ਨਾਲ ਜਿਹੜੀ ਸਾਡੀ ਆਪਣੀ ਆਈਡੈਂਟੀ ਆ ਜਿਹੜੀ ਹੈਗੀ ਆ, ਸਿੱਖ ਕੈਨੇਡੀਅਨ ਦੀ ਆਈਡੈਂਟੀ ਆ, ਉਹ ਡਿਮਿਨਿਸ਼ ਹੋ ਰਹੀ ਆ। ਅਤੇ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਤਾਂ ਕਿ ਆਪਣੀ ਜਿਹੜੀ ਸਾਡੀ ਆਈਡੈਂਟੀ ਆ, ਪੰਜਾਬੀ ਕੈਨੇਡੀਅਨ, ਸਿੱਖ ਕੈਨੇਡੀਅਨ ਆਈਡੈਂਟੀ ਜਿਹੜੀ ਆ, ਉਹਨੂੰ ਅਸੀਂ ਬਰਕਰਾਰ ਰੱਖੀਏ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ। ਡਾਕਟਰ ਮਾਨ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਅੱਛਾ ਡਾਕਟਰ ਸਾਹਿਬ, ਤੁਸੀਂ ਤੁਹਾਡੇ ਮਨ ਦੇ ਵਿੱਚ ਇਹ ਥੋਟ ਕਦ ਆਇਆ ਜਦ ਇਹ ਸ਼ਬਦ ਆਉਣ ਲੱਗੇ, ਕਿਉਂਕਿ ਆ ਕੇ ਪੜ੍ਹੇ ਵੀ ਹੋ, ਸਰਟੀਫਿਕੇਸ਼ਨ ਕੀਤੀ ਆ, ਇਹ ਇੰਡੋ ਕਨੇਡੀਅਨ ਅਤੇ ਸਾਊਥ ਏਸ਼ੀਅਨ ਦੀ ਟਰਾਂਸਫੋਰਮੇਸ਼ਨ ਆ ਈਸਟ ਤੋਂ ਲੈ ਕੇ ਫਿਰ ਇੰਡੋ ਕਨੇਡੀਅਨ, ਫਿਰ ਇਹ ਤੁਸੀਂ ਨੋਟਿਸ ਕਦ ਕੀਤਾ ਇਸ? ਦੇਖੋ, ਨੋਟਿਸ ਮੋਟੇ ਤੌਰ 'ਤੇ ਦੇਖਿਆ ਜਾਵੇ ਨਾ, ਆ ਤਾਂ ਜਦੋਂ ਮਿਊਜ਼ੀਅਮ ਦਾ ਰੌਲਾ ਪਿਆ ਉੱਥੋਂ ਗੱਲ ਸ਼ੁਰੂ ਹੋਈ, ਕਿਉਂਕਿ ਮੈਂ ਜਦੋਂ ਬੋਸਟਨ ਪੜ੍ਹਦਾ ਸੀ ਉੱਥੇ ਵੀ ਕਦੀ ਮਤਲਬ ਭਾਰਤ ਦੇ ਭਾਂਤ ਭਾਂਤ ਦੇ ਇਲਾਕਿਆਂ ਤੋਂ ਬੱਚੇ ਆਏ ਸੀਗੇ, ਅਸੀਂ ਪੜ੍ਹਦੇ ਸੀਗੇ ਕੋਈ ਕੋਈ ਤਾਮਿਲਨਾਡੂ ਤੋਂ ਹਾਂ, ਅਸੀਂ ਕਿਸੇ ਨੇ ਵੀ ਕਦੀ ਸਾਊਥ ਏਸ਼ੀਅਨ ਆਪਣੇ ਆਪ ਨੂੰ ਆਈਡੈਂਟੀਫਾਈ ਕੀਤਾ ਹੀ ਨਹੀਂ। ਕੋਈ ਤਾਮਿਲਨਾਡੂ ਤੋਂ ਹੈ, ਕੋਈ ਆਂਧਰਾ ਪ੍ਰਦੇਸ਼ ਤੋਂ ਹੈ, ਕੋਈ ਗੁਜਰਾਤੀ ਹੈ, ਪੰਜਾਬੀ ਸੀਗੇ, ਸਾਰੇ ਆਪੋ ਆਪਣਾ ਮਾਣ ਕਰਦੇ ਸੀ ਕਿੱਥੋਂ ਆਏ ਹਾਂ। ਇਹ ਤਾਂ ਹੁਣ ਕੁ ਜੇ ਪਤਾ ਲੱਗਿਆ ਵੀ ਅਸੀਂ ਸਾਊਥ ਏਸ਼ੀਅਨ ਵੀ ਹੈਗੇ ਹਾਂ, ਜਦਕਿ ਫਿਰ ਸਮਝ ਆਉਂਦੀ ਵੀ ਅਸੀਂ ਹੈ ਨਹੀਂ ਹਾਂ, ਫਿਰ ਸਾਡੇ 'ਤੇ ਥੋਪੇ ਜਾ ਰਹੀ ਚੀਜ਼। ਔਰ ਜੇ ਅਸੀਂ ਹੁਣ ਨਹੀਂ ਕੁਛ ਕਰਾਂਗੇ ਤਾਂ ਫਿਰ ਅਗਲੀ ਪੀੜ੍ਹੀ ਸਾਨੂੰ ਉੱਦਾਂ ਹੀ ਸੋਚੂਗੀ ਵੀ ਜਿਵੇਂ ਮਾਸਟਰ ਤਾਰਾ ਸਿੰਘ ਨੂੰ ਅਸੀਂ ਸੋਚਦੇ ਹਾਂ। ਬਿਲਕੁਲ ਠੀਕ, ਅਸੀਂ ਤੁਰ ਜਾਵਾਂਗੇ, ਉਹ ਕਹਿੰਦੇ ਨਹੀਂ ਸਾਡੇ ਪੂਰਵਜਾਂ ਨੇ ਐਂ ਕਰਤਾ, ਬਸ ਐਕਸੈਪਟ ਕਰ, ਗੱਲਾਂ ਕਰਨ ਜੋਗੇ ਸੀਗੇ, ਕੀਤਾ ਕੁਛ ਨਹੀਂ ਆ। ਹਿਸਟਰੀ ਦੇ ਵਿੱਚ ਇਹ ਚੀਜ਼ਾਂ ਹੋਰ ਵੀ ਮਿਲਦੀਆਂ ਨੇ ਕਿਸੇ ਨੂੰ, ਜਦ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਨੂੰ ਕਾਰਨਰ ਕਰਕੇ ਫਿਰ ਉਹਨੂੰ ਖਤਮ ਕੀਤਾ ਹੋਵੇ, ਉਹਦੀ ਆਈਡੈਂਟੀ ਖਤਮ ਹੈ ਇਸ ਤਰ੍ਹਾਂ? ਦੇਖੋ ਜੀ, ਆਪਾਂ ਜਿਸ ਦੌਰ 'ਚੋਂ ਇਸ ਵੇਲੇ ਨਿਕਲ ਰਹੇ ਹਾਂ, ਆਪਾਂ ਕੈਨੇਡੀਅਨ ਹਿਸਟਰੀ ਦੀ ਗੱਲ ਕਰੀਏ, ਬਹੁਤ ਇੰਪੋਰਟੈਂਟ ਆ ਵੀ ਹੁਣ ਰੀਸੈਂਟਲੀ ਜਿਹੜਾ ਲਾਸਟ ਈਅਰ ਜਿਹੜਾ ਗਿਆ ਆ ਉਹਦੇ ਅਪ੍ਰੈਲ ਦੇ ਵਿੱਚ ਰਾਇਰਸਨ ਯੂਨੀਵਰਸਿਟੀ ਦਾ ਨਾਂ ਜਿਹੜਾ ਆ ਉਹ ਬਦਲਤਾ ਹੈ, ਹੁਣ ਰਾਇਰਸਨ ਯੂਨੀਵਰਸਿਟੀ ਨਹੀਂ ਰਹੀ। ਅਤੇ ਉਹਦਾ ਉਹ ਕਿਸ ਤਰ੍ਹਾਂ ਕਿਉਂ ਹੋਇਆ, ਉਹਦੇ ਵਿੱਚ ਰਾਇਰਸਨ ਦੇ ਜਿਹੜੇ ਬੁੱਤ ਸੀਗੇ ਉਹ ਵੀ ਹਟਾ ਦਿੱਤੇ ਗਏ ਓਨਟੇਰੀਓ ਦੇ ਵਿੱਚੋਂ। ਉਹ ਯੂਨੀਵਰਸਿਟੀ ਦਾ ਨਾਂ ਇਸ ਲਈ ਚੇਂਜ ਹੋਇਆ ਕਿਉਂਕਿ ਪਿਛਲੇ ਦੋ ਸਾਲਾਂ ਦੇ ਵਿੱਚ ਜੋ ਵਾਪਰਿਆ ਰੈਜ਼ੀਡੈਂਸ਼ੀਅਲ ਸਕੂਲਸ ਕਰ, ਠੀਕ ਹੈ, ਉਹ ਵੀ ਇੱਕ ਤਰ੍ਹਾਂ ਦੀ ਨਸਲੀ ਪਹਿਚਾਣ ਨੂੰ ਮਿਟਾਉਣ ਦਾ ਹੀ ਇੱਕ ਇੱਕ ਤਰੀਕਾ ਸੀਗਾ। ਕਬਰਾਂ ਤਾਂ ਪਈਆਂ ਸੀ, ਨਿਕਲ ਆਈਆਂ ਤਾਂ ਉਹਦਾ ਰੌਲਾ ਪੈ ਗਿਆ। ਹਾਂਜੀ, ਆਪਾਂ ਕਬਰਾਂ ਤੇ ਨਾ ਜਾਈਏ ਕਿਉਂਕਿ ਉਹ ਤਾਂ ਬਹੁਤ ਹੀ ਜ਼ਿਆਦਾ ਦਰਦਨਾਕ ਗੱਲ ਰਹੀ ਹੈ, ਸੈਂਸਿਟਿਵ ਹੈ, ਪਰ ਜੇ ਆਪਾਂ ਉਹਦੀ ਸ਼ੁਰੂਆਤ ਤੇ ਜਾਈਏ, ਰਾਇਰਸਨ ਜਿਹੜੇ ਸੀਗੇ ਉਹ ਸੀਗੇ ਆਰਕੀਟੈਕਟ ਆਫ ਰੈਜ਼ੀਡੈਂਸ਼ੀਅਲ ਸਕੂਲਸ ਦੇ, ਠੀਕ ਹੈ ਜੀ। 1840s ਦੇ ਵਿੱਚ ਉਹਨਾਂ ਨੇ ਇਹਨੂੰ ਇਹਦਾ ਹੋਇਆ, ਉਸ ਵੇਲੇ ਜਿਹੜੇ ਗਵਰਨਰ ਜਨਰਲ ਸੀਗੇ ਕੈਨੇਡਾ ਦੇ, ਜਿਨ੍ਹਾਂ ਨੇ ਇਹਨਾਂ ਨੂੰ ਅਪੁਆਇੰਟ ਕੀਤਾ ਸੁਪਰਿੰਟੈਂਡੈਂਟ ਆਫ ਐਜੂਕੇਸ਼ਨ ਫੋਰ ਨਾਦਰਨ ਐਂਡ ਈਸਟਰਨ ਪ੍ਰੋਵਿੰਸਿਸ ਓਨਟੇਰੀਓ ਦੇ ਵਿੱਚ, ਉਹ ਸੀਗੇ ਚਾਰਲਸ ਮਕਾਫ, ਉਹ ਗਵਰਨਰ ਜਨਰਲ ਚਾਰਲਸ ਮਕਾਫ। ਹਾਂਜੀ, ਮੈਂ ਉਹਨਾਂ ਨਾਂ ਇਸ ਲਈ ਮੈਂ ਮੈਂਸ਼ਨ ਕੀਤਾ ਹੈਗਾ ਕਿਉਂਕਿ ਉਹਨਾਂ ਦੀ ਜਿਹੜੀ ਡੋਰ ਆ ਉਹ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਕੋਰਟ ਦੇ ਨਾਲ ਜੁੜਦੀ ਹੈ, ਚਾਰਲਸ ਮਕਾਫ ਦੀ। ਉਹ ਇਸ ਤਰ੍ਹਾਂ ਜੁੜਦੀ ਹੈ ਜੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਰਟ ਦੇ ਵਿੱਚ ਚਾਰਲਸ ਮਕਾਫ 1805-1806 ਦੇ ਵਿੱਚ ਉਹ ਉੱਥੇ ਅੰਗਰੇਜ਼ੀ ਦੂਤ ਸੀਗੇ। ਹਾਂਜੀ, ਹੀ ਵਾਜ ਦ ਐਮਬੈਸਡਰ, ਇੰਗਲਿਸ਼ ਐਮਬੈਸਡਰ ਐਟ ਮਹਾਰਾਜਾ ਰਣਜੀਤ ਸਿੰਘ ਕੋਰਟ, ਸਾਡੀ ਖਾਲਸਾ ਰਾਜ ਦੇ ਕੋਰਟ ਦੇ ਵਿੱਚ। ਸੋ ਜਿਹੜੀ ਕਲੋਨੀਅਲ ਮਾਈਂਡਸੈਟ ਜਿਹੜਾ ਸੀਗਾ, ਜਿਹੜਾ ਕੋਲੋਨਾਈਜ਼ਰ ਮਾਈਂਡਸੈਟ ਹੈ ਜਿਹੜਾ, ਉਹ ਚਾਰਲਸ ਮਕਾਫ ਦਾ ਸੀਗਾ ਹੀ ਉਹ ਸ਼ੁਰੂ ਤੋਂ। ਸੋ ਉਹਦੇ ਬਾਅਦ ਉੱਥੋਂ ਜਦੋਂ ਕੋਰਟ ਤੋਂ ਗਏ ਆ, ਉਹ ਕਰੇਬੀਅਨ ਬਣੇ ਗਵਰਨਰ ਜਨਰਲ, ਉਹਦੇ ਬਾਅਦ ਕੈਨੇਡਾ ਦੇ ਗਵਰਨਰ ਜਨਰਲ ਬਣੇ ਲੇਟ 30s ਦੇ ਵਿੱਚ। ਸੋ ਉਹਦੇ ਉਹਨਾਂ ਨੇ ਰਾਇਰਸਨ ਨੂੰ ਅਪੁਆਇੰਟ ਕੀਤਾ ਇਨ ਲੇਟ 1830s, ਅਰਲੀ 1840s ਦੇ ਵਿੱਚ। ਸੋ ਉੱਦਾਂ ਤਾਂ ਉਹਨਾਂ ਨੂੰ ਮੰਨਿਆ ਜਾਂਦਾ ਵੀ ਉਹਨਾਂ ਨੇ ਪਬਲਿਕ ਸਕੂਲ ਸਿਸਟਮ ਕੈਨੇਡਾ ਦੇ ਵਿੱਚ ਸ਼ੁਰੂ ਕੀਤਾ ਓਨਟੇਰੀਓ ਦੇ ਵਿੱਚ, ਉਸ ਕਰਕੇ ਉਹਨਾਂ ਦੀ ਜਿਹੜੀ ਹੈਗੀ ਆ ਪਹਿਚਾਣ ਬਣੀ ਐਨ ਆਲ ਦੈਟ, ਬਹੁਤ ਵੱਡਾ ਨਾਂ ਬਣ ਗਿਆ। ਬਟ ਆਲਸੋ ਉਹਨਾਂ ਨੇ ਆਰਕੀਟੈਕਟ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਇਹ ਕੀਤਾ ਹੈਗਾ, ਸੋ ਕਿਉਂਕਿ ਉਹ ਕਲੋਨੀਅਲ ਸੋਚਦੇ ਸੀਗੇ ਮਕਾਫ, ਕਿਉਂਕਿ ਉਹ ਬ੍ਰਿਟਿਸ਼ ਕਲੋਨੀਅਲ ਦੇ ਸਿਸਟਮ ਦੇ ਉਹ ਗਵਰਨਰ ਜਨਰਲ ਸੀਗੇ, ਠੀਕ ਹੈ ਨਾ। ਉਦਾਂ ਦਾ ਕੈਨੇਡਾ ਉਦੋਂ ਇਟ ਵਾਜ਼ ਅ ਕੰਟਰੀ, ਠੀਕ ਹੈ ਨਾ, ਪਰ ਉਹ ਮਾਈਂਡਸੈਟ ਉਹ ਸੀਗਾ। ਸੋ ਉਹਨੂੰ ਲੈ ਕੇ ਆ ਕੇ ਉਹ ਜਿੱਦਾਂ ਵੀ ਉਹ ਸ਼ੁਰੂ ਹੋਇਆ, ਉਹ ਪਹਿਚਾਣ ਮਚਾਉਣ ਦਾ ਹੀ, ਨੇਟਿਵ ਆਪਣੇ ਭੈਣ ਭਰਾਵਾਂ ਦੀ ਪਹਿਚਾਣ ਮਟਾਉਣ ਦਾ ਹੀ ਉਹ ਯਤਨ ਸੀਗਾ, ਠੀਕ ਹੈ ਜੀ। ਸੋ ਮੈਂ ਥੋੜ੍ਹਾ ਜਿਹਾ ਇਸ ਲਈ ਸ਼ੇਅਰ ਕੀਤੀ ਕਿਉਂਕਿ ਹਿਸਟਰੀ ਆਪਣੇ ਰੈਲੇਵੈਂਟ ਹੈ, ਉਹਨਾਂ ਜੁੜਦੀ ਹੈ। ਰਾਜ ਸਾਹਿਬ, ਕਿੱਥੇ ਵੱਲ ਫੇਰ ਆ ਜਿਹੜੀ ਚੀਜ਼ ਨੇ ਤੰਗ ਕੀਤਾ ਤੁਹਾਨੂੰ ਨਿੱਜੀ ਤੌਰ 'ਤੇ, ਅਤੇ ਉੱਦਮ ਕਿਹੜੇ ਚੱਲ ਰਹੇ ਨੇ ਫਿਰ ਇਹਦੇ? ਤੁਸੀਂ ਦੇਖੋ ਜੀ ਵੀ ਕਿਸੇ ਵੀ ਕੌਮ ਦੀ ਆਪਾਂ ਗੱਲ ਕਰ ਲਈਏ, ਕਿਸੇ ਵੀ ਸੱਭਿਆਚਾਰ ਦੀ ਗੱਲ ਕਰ ਲਈਏ, ਜਦੋਂ ਉਸ ਕੌਮ ਅਤੇ ਸੱਭਿਆਚਾਰ ਦੇ ਵਾਰਸ ਆਪਣੀਆਂ ਚਿੰਨ੍ਹ ਬਿੰਬ ਭੁੱਲ ਜਾਂਦੇ ਨੇ, ਫਿਰ ਉਹ ਆਪਣਾ ਸਰੂਪ ਵੀ ਗਵਾਉਂਦੇ ਨੇ ਅਤੇ ਸਿਧਾਂਤ ਵੀ ਗਵਾਉਂਦੇ ਨੇ। ਸੋ ਜਿਹੜੀ ਇਹ ਲੜਾਈ ਹੈ ਨਾ, ਇਹ ਜਿਹੜੇ ਸਾਡੇ ਚਿੰਨ੍ਹ ਨੇ, ਸਰੂਪ ਆ, ਸਿਧਾਂਤ ਆ, ਇਹ ਉਹਨਾਂ ਨੂੰ ਜੀਵਿਤ ਰੱਖਣ ਦੀ ਵੀ ਲੜਾਈ ਆ।
ਤੁਸੀਂ ਜੇ ਆਪਾਂ ਹੁਣ ਦੀ ਹਿਸਟਰੀ ਦੇਖਣੀ ਆ ਨਾ, ਔਰ ਮੈਂ ਬੜੀ ਰਿਸਪੈਕਟਫੁਲੀ ਜੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਆਪਾਂ ਕਦੀ ਵੀ ਜਿਹੜੀ ਰਿਸਪੈਕਟਡ ਜੂਇਸ਼ ਕਮਿਊਨਿਟੀ ਆ ਅਤੇ ਪੈਲਸਟੀਨੀਅਨ ਆ ਉਹਨਾਂ ਨੂੰ ਕਦੀ ਮਿਡਲ ਈਸਟਰਨ ਨਹੀਂ ਕਹਾਂਗੇ ਇਕੱਠਿਆਂ ਨੂੰ ਸਾਂਝੀ ਤੌਰ 'ਤੇ। ਇੱਦਾਂ ਹੀ ਜਿਹੜੀ ਯੂਕਰੇਨੀਅਨ ਆ ਅਤੇ ਜਿਹੜੀ ਰਸ਼ੀਅਨ ਆ ਉਹਨਾਂ ਨੂੰ ਕਦੀ ਸੋਵੀਅਤ ਯੂਨੀਅਨ ਦਾ ਨਾਮ ਨਹੀਂ ਦੇਵਾਂਗੇ, ਨਹੀਂ ਦਿੰਦੇ। ਅਸੀਂ ਬਹੁਤ ਸੈਂਸਿਟਿਵ ਹਾਂ, ਅਸੀਂ ਕਦੀ ਵੀ ਜਿਹੜੀ ਸਾਡੀ ਬਹੁਤ ਖੂਬਸੂਰਤ ਦੇਸ਼ ਅਸੀਂ ਰਹਿ ਰਹੇ ਹਾਂ ਅਤੇ ਬਹੁਤ ਸਾਡੀ ਸਿਆਣੀ ਸਰਕਾਰ ਆ, ਉਹਨਾਂ ਨੂੰ ਕਦੀ ਅਸੀਂ ਇਹ ਸਵਾਲ ਨਹੀਂ ਕਰਾਂਗੇ ਕਿ ਰੈਜੀਡੈਂਸ਼ੀਅਲ ਸਕੂਲ ਕਿਹਨਾਂ ਦੇ ਨੇ, ਉਹ ਨੇਟਿਵ ਨੇ ਕਿ ਉਹ ਕੈਥੋਲਿਕ ਨੇ ਜਾਂ ਕ੍ਰਿਸ਼ਚਨ ਨੇ। ਅਸੀਂ ਬਹੁਤ ਸੈਂਸਿਟਿਵ ਹਾਂ ਇਹਦੇ ਬਾਰੇ। ਔਰ ਜਦੋਂ ਤੁਸੀਂ ਐਬਸਫੋਰਡ 'ਚ ਗੈਲਰੀ ਬਣਾਉਂਦੇ ਹੋ ਉਹਦਾ ਨਾਮ ਜਦੋਂ ਰੀਚ ਗੈਲਰੀ ਰੱਖਦੇ ਹੋ, ਬੇਸ਼ੱਕ ਉੱਥੇ ਪੰਜਾਬੀ ਹਰੇਕ ਕੌਮ ਦੀਆਂ ਐਗਜੀਬਿਸ਼ਨ ਹੁੰਦੀਆਂ ਨੇ, ਅਸੀਂ ਨਹੀਂ ਤੁਹਾਨੂੰ ਪੁੱਛਦੇ ਵੀ ਰੀਚ ਕਿਹਦੀ ਆ, ਇਹ ਕੈਨੇਡੀਅਨਾਂ ਦੀ ਰੀਚ ਆ। ਸੋ ਇੱਦਾਂ ਹੀ ਜਦੋਂ ਇੱਕ ਸਾਡੇ ਖਿੱਤੇ ਲਈ ਤੁਸੀਂ ਮਿਊਜ਼ੀਅਮ ਬਣਾਉਣਾ ਚਾਹੁੰਦੇ ਹੋ ਸਾਡੇ ਲੋਕਾਂ ਲਈ, ਉੱਥੇ ਤੁਹਾਡੀ ਜਿੱਦ ਨਹੀਂ ਹੋਣੀ ਚਾਹੀਦੀ ਕਿ ਕਿਸੇ ਦੀ ਵੀ ਕਿ ਇਹ ਕਿੱਦਾਂ ਪਤਾ ਲੱਗੂਗਾ ਕਿ ਇਹਨਾਂ ਦਾ ਮਿਊਜ਼ੀਅਮ ਆ ਜੀ, ਇਹ ਬ੍ਰਿਟਿਸ਼ ਕੋਲੰਬੀਆਨਾਂ ਦਾ ਮਿਊਜ਼ੀਅਮ ਹੋਏਗਾ, ਤੁਸੀਂ ਸਾਨੂੰ ਕਿਉਂ ਦੂਜੇ ਜਾਂ ਤੀਜੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖਣਾ ਚਾਹੁੰਦੇ ਹੋ। ਮੈਂ ਇਹਨੂੰ ਇਸ ਤਰ੍ਹਾਂ ਫਰੇਜ਼ ਕਰਦਾ ਹੁੰਦਾ ਜੀ ਕਿ ਜਿਹੜੇ ਭੂਰੇ ਰੰਗ ਦੇ ਲੋਕ ਥਰਡ ਵਰਲਡ ਕੰਟਰੀ 'ਚੋਂ ਇੱਥੇ ਆਏ ਹੋਏ ਨੇ, ਜਿਹੜੇ ਕਲੋਨੀਅਲ ਐਮਪਾਇਰ ਦੇ ਥੱਲੇ ਰਹੇ ਸੀਗੇ, ਤੁਸੀਂ ਉਹਨਾਂ ਨੂੰ ਕਿਉਂ ਵਾਰ ਵਾਰ ਚੇਤਾ ਕਰਾਉਣਾ ਚਾਹੁੰਦੇ ਹੋ ਕਿ ਤੁਹਾਨੂੰ ਅਸੀਂ ਇੱਕ ਟਰਮ ਦੇ ਅੰਡਰ ਲੰਪ ਕਰਕੇ ਰੱਖਣਾ। ਅਸੀਂ ਚਾਹੁੰਦੇ ਹਾਂ ਸਾਡੀ ਟ੍ਰਜੈਕਟਰੀ ਇਹ ਆ ਵੀ ਅਸੀਂ ਮਾਣ ਨਾ ਕਹੀਏ ਇੱਕ ਦਿਨ ਕਿ ਅਸੀਂ ਕੈਨੇਡੀਅਨ ਹਾਂ, ਕਿ ਅਸੀਂ ਸਿੱਖ ਕੈਨੇਡੀਅਨ ਹਾਂ। ਸੋ ਕਿਉਂ ਤੁਸੀਂ ਸਾਨੂੰ ਇੱਕ ਇਹ ਜਿਹੜੀ ਨਸਲੀ ਲਫ਼ਜ਼ ਕਿਉਂ ਦੇ ਰਹੇ ਹੋ ਸਾਨੂੰ? ਸੋ ਇਹ ਇੱਕ ਮੈਂ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਮੈਨੂੰ ਫਿਰ ਵਿਦ ਐਮਫੈਸਿਸ ਕਹਿਣਾ ਪੈਣਾ ਕਿ ਇਹ ਸ਼ਬਦ ਮੈਨੂੰ ਗਾਲ ਵਰਗਾ ਲੱਗਦਾ। ਸੋ ਤੁਸੀਂ ਸਾਨੂੰ ਗਾਲ ਕਿਉਂ ਕੱਢ ਰਹੇ ਹੋ? ਸੋ ਜਿਹੜਾ ਇਹ ਮਿਊਜ਼ੀਅਮ ਹੈ ਖਰੌੜ ਜੀ, ਇਹ ਮਿਊਜ਼ੀਅਮ ਦੇ ਬਾਰੇ ਕਿਸੇ ਤੋਂ ਪੁੱਛ ਪ੍ਰਤੀਤ ਕਮਿਊਨਿਟੀ ਅਤੇ ਉਹ ਐਕਟੀਵਿਸਟਸ ਤੋਂ ਲੀਡਰਸ ਤੋਂ ਇਹ ਪੁੱਛਿਆ ਨਹੀਂ ਗਿਆ ਵੀ ਇਹ ਨਾਂ ਕਿਉਂ ਰੱਖਦੇ ਹੋ? ਇਹ ਸਾਨੂੰ ਜੀ ਸੱਦਾ ਆਇਆ ਸੀਗਾ। ਅੱਛਾ ਜੀ। ਅਤੇ ਬੰਜਾਰਾ ਨੋਮੈਡ ਜਿਹੜੀ ਔਰਗਨਾਈਜੇਸ਼ਨ ਅਸੀਂ ਹੈਗੇ ਹਾਂ, ਵੀ ਇੱਕ ਕਮਿਊਨਿਟੀ ਇੰਗੇਜਮੈਂਟ, ਕਮਿਊਨਿਟੀ ਲੀਡਰਸ ਦੀ ਇੰਗੇਜਮੈਂਟ ਦਾ ਵਾਸਕ ਸੈਂਟਰ ਜਿਹੜਾ ਐਸ ਐਫ ਯੂ ਦਾ ਅਪ੍ਰੈਲ ਦੇ ਵਿੱਚ ਹੋਈ ਸੀ ਮੀਟਿੰਗ ਉੱਥੇ, ਅਤੇ ਕਾਫੀ ਵੱਡੀ ਮੀਟਿੰਗ ਸੀ। ਉਹਦੇ ਵਿੱਚ ਮਿਨਿਸਟਰ ਲੈਣਾ ਪੋਪਮ ਵੀ ਆਏ ਸੀਗੇ ਅਤੇ ਹੋਰ ਵੀ ਜਿਹੜੇ ਨੁਮਾਇੰਦੇ ਸੀਗੇ ਆਪਣੇ ਜਿਹੜੇ ਪ੍ਰੋਮੀਨੈਂਟ ਨੇਮਸ ਇਨ ਦੀ ਕਮਿਊਨਿਟੀ ਆਏ ਹੋਏ ਸੀਗੇ ਉੱਥੇ। ਫਿਰ ਇਹ ਜਦੋਂ ਗੱਲ ਹੋਈ ਅਤੇ ਉੱਥੇ ਇੱਕ ਨਾਲ ਨਾਲ ਜਿੱਦਾਂ ਡਿਸਕਸ਼ਨ ਚੱਲ ਰਹੀ ਸੀ ਉਹਦੇ ਨਾਲ ਨਾਲ ਇੱਕ ਡਰਾਇੰਗ ਬਣਾਈ ਜਾ ਰਹੀ ਸੀਗੀ ਵੀ ਆਹ ਗੱਲ ਹੋ ਗਈ ਆਹ ਹੋ ਗਈ, ਅਤੇ ਉਹਦੇ ਵਿੱਚ ਉਹ ਜਿਹੜੀ ਅਸੀਂ ਡਰਾਇੰਗ ਆ ਉਹ ਆਪਣੀਆਂ ਵੀਡੀਓਜ਼ ਦੇ ਵਿੱਚ ਸ਼ੇਅਰ ਕੀਤੀ ਆ। ਉਹ 'ਚ ਲਿਖਿਆ ਹੋਇਆ ਸੀਗਾ ਸਾਊਥ ਏਸ਼ੀਅਨ ਮਿਊਜ਼ੀਅਮ, ਠੀਕ ਹੈ ਜੀ। ਅਤੇ ਜਦੋਂ ਅਸੀਂ ਗਏ ਹਾਂ ਸਾਨੂੰ ਉਸ ਈਮੇਲ ਦੇ ਵਿੱਚ ਨਹੀਂ ਸੀ ਕੁਛ ਵੀ ਪਤਾ ਵੀ ਇਹ ਕੀ ਹੋ ਰਿਹਾ, ਵੀ ਉੱਥੋਂ ਜਾ ਕੇ ਉਹਨਾਂ ਦੇਖਿਆ ਵੀ ਉਹ ਸਾਊਥ ਏਸ਼ੀਅਨ ਮਿਊਜ਼ੀਅਮ ਹੈ। ਉੱਥੋਂ ਰਾਜ ਭਾਈ ਨੇ ਇਹ ਗੱਲ, ਅਸੀਂ ਸਾਰੇ ਸੀਗੇ, ਸਾਡੇ ਨਾਲ ਜੱਸੀ ਭਾਅ ਜੀ ਵੀ ਸੀਗੇ ਸਾਡੇ ਜਿਹੜੇ ਲੀਗਲ ਕਾਊਂਸਲ ਨੇ, ਅਤੇ ਉਹ ਵੀ ਸੀਗੇ, ਅਤੇ ਉਹਨਾਂ ਨੇ ਵੀ ਇਹ ਅਸੀਂ ਨੋਟਿਸ ਕੀਤੀ ਇਹ ਗੱਲ ਵੀ ਇੱਥੇ ਗੱਲ ਜਿਹੜੇ ਪ੍ਰੋਮੀਨੈਂਟਲੀ ਅਸੀਂ ਜਿਹੜੇ ਆਏ ਹੋਏ ਹਾਂ, ਜਿਹੜੀ ਕਮਿਊਨਿਟੀ ਸਿੱਖ ਕਮਿਊਨਿਟੀ ਆ ਜਿਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਨੂੰ ਖੜਾ ਕੀਤਾ, ਲਾਈਕ ਪੰਜਾਬੀ ਕਮਿਊਨਿਟੀ ਜਿਹੜੀ ਹੈ ਉਹ ਤਾਂ ਜੇ ਕੋਈ ਰੱਬ ਨੂੰ ਮੰਨਣ ਵਾਲਾ ਸਿੱਖ ਆ ਜਾਂ ਪੰਜਾਬੀ ਆ, ਆਫਕੋਰਸ ਉਹ ਕਹੇਗਾ ਸਿੱਖ ਪੰਜਾਬੀ। ਤੇ ਜਿਹੜਾ ਕਈ ਹੁਣ ਸਾਡੇ ਭੈਣ ਭਰਾ ਨੇ ਉਹ ਰੱਬ ਨੂੰ ਨਹੀਂ ਮੰਨਦੇ, ਸੋ ਉਹ ਚੂਜ਼ ਕਰ ਲੈਂਦੇ ਨੇ ਪੰਜਾਬੀ, ਇੱਕ ਬਹੁਤ ਵੱਡਾ, ਕਿਉਂਕਿ ਫਿਰ ਪੰਜਾਬੀ ਜਨਰਲ ਸਾਊਥ ਏਸ਼ੀਅਨ ਤੋਂ ਸਲੈਸ਼ ਫਿਰ ਪੰਜਾਬੀ ਦੇ ਵਿੱਚ ਵੀ ਇਹ ਜਿਹੜਾ ਮਿਊਜ਼ੀਅਮ ਸਰਕਾਰ ਦੇ ਰਹੀ ਹੈ ਨਾ, ਇਹ ਉਸ ਜਿਹੜੇ ਅੱਠਾਂ ਮੁਲਕਾਂ ਨੌਵਾਂ ਤੋਂ ਆਏ ਹੋਏ ਨੇ ਲੋਕ, ਸੋ ਉਹਨਾਂ ਨੂੰ ਸਾਂਝਾ ਦੇਣਾ ਚਾਹੁੰਦੀ ਆ। ਸੋ ਅਸੀਂ ਐਜ਼ ਏ ਸਿੱਖ ਇੱਦਾਂ ਕਹਿ ਨਹੀਂ ਸਕਦੇ ਵੀ ਸਿਰਫ ਸਾਨੂੰ ਦੇਵੋ, ਕਿਉਂਕਿ ਇਹ ਸਾਰਿਆਂ ਨੂੰ ਮਿਲ ਰਿਹਾ, ਕਿਉਂਕਿ ਜਿਹੜਾ ਨਾ ਸਿੱਖ ਦਾ ਇਹ ਕੈਰੈਕਟਰ ਨਹੀਂ ਹੈਗਾ ਜਾਂ ਪੰਜਾਬੀ ਦਾ ਵੀ ਜਦੋਂ ਸਾਰਿਆਂ ਨੂੰ ਕੁਛ ਮਿਲਦਾ ਅਸੀਂ ਭੱਜ ਕੇ ਕਹੀਏ ਜੀ ਤੁਸੀਂ ਸਾਡਾ ਇਹਦੇ 'ਤੇ ਨਾਮ ਰੱਖੋ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਉਹਦਾ ਤੁਸੀਂ ਨਾਮ ਰੱਖਣਾ ਆ ਉਹ ਜਿਹੜੀਆਂ ਉੱਥੋਂ ਦੀਆਂ ਖੂਬਸੂਰਤ ਜਵਾਨਾਂ ਨੇ, ਜਿਹੜੀ ਪਰਸ਼ੀਅਨ ਆ, ਜਿਹੜੀ ਸੰਸਕ੍ਰਿਤ ਆ, ਉਰਦੂ ਆ, ਪੰਜਾਬੀ ਆ, ਉਹਨਾਂ ਜ਼ਬਾਨਾਂ 'ਚੋਂ ਇੱਕ ਨਾਮ ਕੋਈ ਇੱਦਾਂ ਦਾ ਰੱਖ ਲਓ ਜਿਹੜਾ ਤਕਰੀਬਨ ਸਾਰਿਆਂ ਨੂੰ ਸਹਿਮਤ ਹੋਵੇ, ਠੀਕ। ਸੋ ਅਸੀਂ ਉਸ ਐਂਗਲ ਤੋਂ ਕਰ ਰਹੇ ਹਾਂ, ਪਰ ਜਿਹੜੀ ਇੱਕ ਰੀਸੈਂਟ ਅਪਡੇਟ ਹੋਈ ਆ ਨਾ, ਜਿਹੜੀ ਗਵਰਨਮੈਂਟ ਨੇ ਇੱਕ ਐਡਵਾਈਜ਼ਰੀ ਕਮੇਟੀ ਬਣਾਈ ਆ, ਉਹਦੇ ਵਿੱਚ ਜਿਹੜਾ ਉਹਨਾਂ ਨੇ ਵੈਬ ਪੇਜ ਬਣਾਇਆ ਉਹਦੇ ਉੱਪਰ ਬੜੇ ਸਪੈਸ਼ਲ ਲਫ਼ਜ਼ਾਂ 'ਚ ਉਹਨਾਂ ਨੇ ਲਿਖਿਆ ਕਿ ਸਾਊਥ ਏਸ਼ੀਅਨ ਇਜ਼ ਏ ਇਨਕਲੂਸਿਵ ਟਰਮ ਐਂਡ ਇਟਸ ਆਲਸੋ ਏ ਨਾਟ ਇਨਕਲੂਸਿਵ ਟਰਮ, ਇਟਸ ਅ ਡਿਵਾਈਸਿਵ ਟਰਮ।
ਪਰ ਉਹ 'ਚ ਇੱਕ ਗੱਲ ਉਹਨਾਂ ਨੇ ਸਾਨੂੰ ਬਹੁਤ ਖੁਸ਼ੀ ਹੈ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਕਿ ਉਹ ਕਹਿੰਦੇ ਵੀ ਹੁਣ ਅਸੀਂ ਸਾਊਥ ਏਸ਼ੀਅਨ ਜਿਹੜੀ ਟਰਮ ਹੈ ਇਸ ਪਲੇਸ ਹੋਲਡਰ, ਸੋ ਅਸੀਂ ਮਿਊਜ਼ੀਅਮ ਦਾ ਨਾਮ ਹੁਣ ਸਾਊਥ ਏਸ਼ੀਅਨ ਨਹੀਂ ਰੱਖਣਾ। ਪਰ ਮੇਰਾ ਖਿਆਲ ਉਹਨਾਂ ਦੀ ਦਿੱਕਤ ਇਹ ਆ ਵੀ ਫਿਰ ਅਸੀਂ ਕੀ ਦੱਸੀਏ ਕਿਹਨਾਂ ਦਾ ਮਿਊਜ਼ੀਅਮ ਆ। ਸਾਡਾ ਮੰਨਣਾ ਇਹ ਆ ਕਿ ਤੁਸੀਂ ਇਹ ਕਹੋ ਵੀ ਇਹ ਬ੍ਰਿਟਿਸ਼ ਕੋਲੰਬੀਆ ਦਾ ਮਿਊਜ਼ੀਅਮ ਆ, ਇਹ ਜੇ ਮਿਊਜ਼ੀਅਮ ਆਫ ਵਿਰਾਸਤ ਆ ਜਾਂ ਮਿਊਜ਼ੀਅਮ ਆਫ ਵਿਰਸਾ ਆ ਜਾਂ ਇੱਕ ਆ ਜਾਂ ਸਾਂਝਾ ਆ, ਫਿਰ ਤੁਸੀਂ ਉਹਦੇ ਨਾਲ ਲਿਖ ਦਿਓ ਵੀ ਇਹ ਜਿਹੜੇ ਸਾਡੇ ਸਾਡੇ ਜਿਹੜੇ ਬਹੁਤ ਮਿਹਨਤੀ ਜਿਹੜੇ ਬ੍ਰਿਟਿਸ਼ ਕੋਲੰਬੀਅਨ ਆ ਉਹਨਾਂ ਦਾ ਮਿਊਜ਼ੀਅਮ ਆ। ਬਿਲਕੁਲ ਠੀਕ, ਜਦੋਂ ਕੋਈ ਵੀ ਇਨਸਾਨ ਚੀਨਾ ਗੋਰਾ ਕਾਲਾ ਉੱਥੇ ਜਾ ਕੇ ਦੇਖੂਗਾ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਹੜੇ ਬ੍ਰਿਟਿਸ਼ ਕੋਲੰਬੀਆਂ ਦੀ ਗੱਲ ਹੋ ਰਹੀ ਆ। ਤੁਸੀਂ ਇਹ ਸਾਊਥ ਏਸ਼ੀਅਨ ਟਰਮ ਦੇ ਨਾਲ ਸਾਨੂੰ ਜਿਹੜੀਆਂ ਬਾਕੀ ਕਮਿਊਨਿਟੀਆਂ ਉਹਨਾਂ ਨੂੰ ਦੂਰ ਕਾਹਦੇ ਕਰਨਾ ਚਾਹੁੰਦੇ ਹੋ? ਔਰ ਮੇਰੀ ਇੱਕ ਲਾਂਭਾ ਅਕੈਡੀਮੀਆ ਨੂੰ ਵੀ ਆ ਵੀ ਤੁਸੀਂ ਪੜ੍ਹ ਲਿਖ ਕੇ ਇੰਨੇ ਬੇਅਕਲ ਨਾ ਬਣੋ, ਪਲੀਜ਼ ਬੇਨਤੀ ਆ ਇਹ, ਆਪਣੀ ਥੋੜ੍ਹੀ ਅਕਲ ਨੂੰ ਹੱਥ ਮਾਰੋ। ਕਿਉਂ ਤੁਸੀਂ ਉਹਨਾਂ ਅਹੁਦਿਆਂ 'ਤੇ ਬਹਿ ਕੇ ਸਾਡੀ ਆਈਡੈਂਟੀ ਰੇਜ਼ ਕਰ ਰਹੇ ਹੋ? ਇਹ ਬਹੁਤ ਬੇਨਤੀ ਆ ਸਾਡੀ, ਬਹੁਤ ਫੰਡਸ ਮਿਲ ਰਹੇ ਨੇ, ਫੰਡ ਸਰਚ ਚੱਲ ਰਹੀ ਹੈ। ਹਾਂਜੀ, ਉਹ ਤੁਸੀਂ ਆਪਣਾ ਜਿਹੜਾ ਤੁਹਾਡਾ ਜਿਹੜਾ ਨਾ ਕਿਹਦੇ ਨਾਲ ਮਿੰਗਲ ਕਰ ਰਹੇ ਹੋ ਸਾਨੂੰ ਤੁਸੀਂ? ਹਾਂਜੀ, ਔਰ ਇਹ ਅੱਗੇ ਸਾਡੇ ਅਸੀਂ ਇਤਿਹਾਸ 'ਚੋਂ ਦੇਖਿਆ ਹੋਇਆ ਕਿ ਜਦੋਂ ਨੇਟਿਵਾਂ ਨਾਲ ਜੋ ਹੋਇਆ ਔਰ ਉਹਨਾਂ ਦੀ ਆਈਡੈਂਟੀ ਕਿੱਦਾਂ ਰਹੀ। ਮੈਨੂੰ ਪਤਾ ਅਸੀਂ ਇਹ ਸਮਝਦੇ ਹਾਂ ਵੀ ਹਿਸਟਰੀ ਰਿਪੀਟਸ ਇਟਸੈਲਫ ਜਾਂ ਆਪਾਂ ਕਹਿ ਦਿੰਦੇ ਇਟ ਰਾਈਮਸ, ਪਰ ਆਪਾਂ ਫਿਰ ਥੋੜ੍ਹਾ ਜਿਹਾ ਖਿਆਲ ਰੱਖੀਏ ਹੁਣ ਜਿਹੜੇ ਮਾਹੌਲ 'ਚੋਂ ਆਪਾਂ ਲੰਘ ਰਹੇ ਹਾਂ। ਜਾਂ ਤਾਂ ਫਿਰ ਤੁਸੀਂ ਆਪਾਂ ਐਜ਼ ਏ ਟੈਸਟ ਲਈ ਨਾ ਤੁਸੀਂ ਜਿਹੜੀ ਸਾਡੀ ਰਿਸਪੈਕਟਡ ਜੂਇਸ਼ ਕਮਿਊਨਿਟੀ ਆ ਉਹਨਾਂ ਨਾਲ ਗੱਲਬਾਤ ਕਰਕੇ ਦੇਖੋ, ਵੀ ਉਹਨਾਂ ਨੂੰ ਕਹੋ ਜਾਂ ਸੱਦ ਕੇ ਦੇਖੋ ਉਹਨਾਂ ਨੂੰ ਵੀ ਦੇ ਆਰ ਮਿਡਲ ਈਸਟਰਨ, ਹਿਲਾ ਕੇ ਦੇਖੋ। ਮੈਂ ਕਿਹਾ ਜੀ ਉਹ ਉਹਨਾਂ ਨੂੰ ਕੀ ਹਿਲਾਉਣਾ, ਉਹਨਾਂ ਨੇ ਕੈਨੇਡਾ ਹਿਲਾ ਦੇਣਾ। ਜਾਂ ਜਿਹੜਾ ਤੁਸੀਂ ਚਾਈਨੀਜ਼ ਮਿਊਜ਼ੀਅਮ ਬਣਾਇਆ ਨਾ ਉਹਦਾ ਨਾਮ ਤੁਸੀਂ ਚਾਈਨੀਜ਼ ਮਿਊਜ਼ੀਅਮ ਰੱਖ ਦਿੱਤਾ, ਕਿਤੇ ਉਹਦਾ ਨਾਮ ਤੁਸੀਂ ਈਸਟ ਏਸ਼ੀਅਨ ਮਿਊਜ਼ੀਅਮ ਰੱਖ ਕੇ ਦੇਖੋ। ਸਾਡੇ ਜਿਹੜੇ ਬਹੁਤ ਇੱਕ ਰਿਸਪੈਕਟਡ ਪਰਸਨੈਲਿਟੀ ਨੇ ਉਹ ਹੈ ਬਲਤੇਜ ਢਿੱਲੋਂ ਵੀਰ ਜੀ ਸਿੰਘ ਸਾਹਿਬ, ਸੋ ਉਹਨਾਂ ਨੂੰ ਜਦੋਂ WCB ਦਾ ਇੱਕ ਅਹੁਦਾ ਮਿਲਿਆ ਤੇ ਉੱਥੇ ਉਹਨਾਂ ਨੂੰ ਐਜ਼ ਏ ਸਾਊਥ ਏਸ਼ੀਅਨ ਦੱਸਿਆ ਗਿਆ। ਸੋ ਮੈਨੂੰ ਪਤਾ ਨਹੀਂ ਕਿ ਵੀਰ ਜੀ ਕਦੀ ਸਾਊਥ ਏਸ਼ੀਆ 'ਚ ਗਏ ਵੀ ਹੈਗੇ ਕਿ ਨਹੀਂ, ਕਿਉਂਕਿ ਉਹ ਮਲੇਸ਼ੀਆ ਦੇ ਬੋਰਨ ਨੇ, ਉਹ ਸਾਊਥ ਈਸਟ ਏਸ਼ੀਆ ਤੋਂ ਆਏ ਹੋਏ ਨੇ, ਕੈਨੇਡਾ 'ਚ ਰਹਿ ਰਹੇ ਨੇ। ਸੋ ਮਲੇਸ਼ੀਅਨ ਕੈਨੇਡੀਅਨ ਤਾਂ ਹੋ ਸਕਦੇ ਨੇ, ਸਾਊਥ ਈਸਟ ਜੇ ਕਹਿਣਾ ਹੀ ਆ ਤੁਸੀਂ ਹੋ ਸਕਦੇ ਨੇ, ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਸਾਊਥ ਏਸ਼ੀਆ 'ਚ ਕਿੱਦਾਂ ਜਾ ਵੜੇ ਤੇ ਆਪਣੀ ਆਈਡੈਂਟੀ ਦੇ ਲਈ ਉਹਨਾਂ ਨੇ ਲੜਾਈ ਲੜੀ ਆ। ਔਰ ਇਹ ਮਤਲਬ ਇਹਦੇ ਬਾਰੇ ਨਾ ਆਪਾਂ ਨੂੰ ਬਹੁਤ ਇਹਨੂੰ ਸਰਫੇਸ ਲੈਵਲ ਤੋਂ ਨਾ ਦੇਖੋ, ਥੋੜ੍ਹਾ ਜਿਹਾ ਨਾ ਆਪਣਾ ਦਿਲ ਦੀ ਆਵਾਜ਼ ਵੀ ਸੁਣੋ, ਥੋੜ੍ਹੇ ਜਿਹੇ ਆਪਣੇ ਜਿਹੜੀ ਥਾਂ 'ਤੇ ਹੱਥ ਮਾਰਨ ਦੀ ਲੋੜ ਆ ਥੋੜ੍ਹੀ ਉੱਥੇ ਵੀ ਮਾਰੋ। ਸੋ ਇਹ ਬਸ ਜੇ ਆਪਾਂ ਇਹ ਟਰਮ ਦੀ ਅੱਜ ਗੱਲਬਾਤ ਨਹੀਂ ਕਰਦੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਜਿੱਦਾਂ ਆਮ ਅਖਬਾਰਾਂ 'ਚ ਆਉਂਦਾ ਵੀ ਦੀਵਾਲੀ ਇਜ਼ ਏ ਸਾਊਥ ਏਸ਼ੀਅਨ ਫੈਸਟੀਵਲ, ਈਦ ਇਜ਼ ਏ ਸਾਊਥ ਏਸ਼ੀਅਨ ਫੈਸਟੀਵਲ, ਮੈਂ ਕਿਸੇ ਧਰਮ ਦੇ ਵਿਰੁੱਧ ਗੱਲ ਨਹੀਂ ਕਰਨ ਲੱਗਾ। ਸੋ ਮੈਂ ਬਹੁਤ ਸਤਿਕਾਰ ਨਾਲ ਗੱਲ ਹੁਣ ਕਹਿਣ ਲੱਗਾ ਕਿ ਡੈਲਟਾ ਦੇ ਵਿੱਚ ਇੱਕ ਚਰਚ ਬਣੀ ਹੋਈ ਆ, ਉਹਦਾ ਨਾਮ ਹੈਗਾ ਸਾਊਥ ਏਸ਼ੀਅਨ ਕਮਿਊਨਿਟੀ ਚਰਚ। ਅੱਛਾ ਜੀ। ਅਤੇ ਜਿਹੜੇ ਭਾਈ ਸਾਹਿਬ ਜਿਹੜੇ ਉੱਥੇ ਸਤਿਕਾਰਯੋਗ ਜਿਹੜੇ ਪੈਸਟਰ ਨੇ ਉਹਨਾਂ ਦੋਨਾਂ ਦਾ ਜਿਹੜਾ ਨਾਮ ਆ ਉਹ ਮੁਸਲਿਮ ਨੇਮ ਆ ਉਹ। ਅੱਛਾ ਜੀ। ਔਰ ਉਹਨਾਂ ਨੇ ਆਪਣੀ ਵੈਬਸਾਈਟ 'ਚ ਪਾਇਆ ਹੋਇਆ ਵੀ ਅਸੀਂ ਇੱਥੇ ਤਾਂ ਬਣਾਈ ਆ ਕਿਉਂਕਿ ਇੱਥੇ ਪੰਜਾਬੀ ਬਹੁਤ ਨੇ। ਪਰ ਉਹਦੇ ਵਿੱਚ ਇੱਕ ਲਾਈਨ ਉਹਨਾਂ ਨੇ ਹੋਰ ਵੀ ਲਿਖੀ ਹੋਈ ਆ ਕਿ ਜਿਹੜੇ ਸਾਡੇ ਪੈਰੋਕਾਰ ਨੇ ਉਹ ਜ਼ਿਆਦਾ ਸਿੱਖ ਅਤੇ ਹਿੰਦੂ ਨੇ। ਅੱਛਾ ਜੀ। ਚਰਚ ਦੇ ਵਿੱਚ ਸੋ ਇੱਦਾਂ ਤਾਂ ਆਪਾਂ ਕਹਿ ਸਕਦੇ ਹਾਂ ਜਿੱਦਾਂ ਤੇ ਹਿੰਦੂ ਚਰਚ ਦੇ ਉਪਾਸ਼ਕ। ਹਾਂਜੀ, ਉਪਾਸ਼ਕ ਨੇ। ਫਿਰ ਉਹ ਆਪ ਉਹਨਾਂ ਦਾ ਮੁਸਲਿਮ ਨੇਮ ਆ, ਜਾਂ ਤਾਂ ਉਹ ਆਪਣਾ ਧਰਮ ਵਿੱਚ ਲਿਖਣਾ ਭੁੱਲ ਗਏ ਨੇ ਜਾਂ ਕਿਸੇ ਵਜ੍ਹਾ ਕਰਕੇ ਉਹਨਾਂ ਤੋਂ ਨਹੀਂ ਲਿਖ ਹੋਇਆ, ਤਾਂ ਉਹੀ ਜਾਣਦੇ ਨੇ ਨਾ। ਮੈਂ ਇੱਦਾਂ ਤਾਂ ਸਮਝਦਾ ਜੀ ਦਿੰਦੇ ਜੀ ਉਹ ਇਸ ਤਰ੍ਹਾਂ ਲਿਖਣੇ ਨਹੀਂ ਦਿੰਦੇ, ਉਹ ਨਹੀਂ ਲਿਖਣ ਦਿੰਦੇ। ਹਾਂਜੀ, ਉਹ ਲਿਖ ਕੇ ਦੇਖੋ। ਬਿਲਕੁਲ, ਅਸੀਂ ਸਾਨੂੰ ਇਹ ਵੀ ਕਲੈਰਿਟੀ ਹੈਗੀ ਆ ਜਦੋਂ ਆਪਾਂ ਯੋਗੀ ਭਜਨ ਉਹਨਾਂ ਦੀ ਗੱਲ ਕਰਦੇ ਹਾਂ ਨਾ, ਉੱਥੇ ਗੋਰੇ ਬਹੁਤ ਬਣੇ ਹੋਏ ਨੇ, ਉਹਦੇ 'ਚ ਕੋਈ ਇਹ ਨਹੀਂ ਹੈਗਾ ਵੀ ਉਹ ਵੀ ਨਹੀਂ ਬਣੇ ਹੋਏ। ਪਰ ਜੇ ਆਪਾਂ ਉਹਨੂੰ ਐਡਵਰਟਾਈਜ਼ ਇੱਦਾਂ ਕਰ ਰਹੇ ਹਾਂ ਵੀ ਜਿਹੜੇ ਸਾਡੇ ਇੱਥੇ ਆ ਉਹ ਜ਼ਿਆਦਾ ਸਿੱਖ ਅਤੇ ਹਿੰਦੂ ਨੇ, ਇਹਦਾ ਮਤਲਬ ਇੱਦਾਂ ਹੋ ਗਿਆ ਵੀ ਜੇ ਸਾਡੇ ਗੁਰੂ ਘਰ ਇੱਦਾਂ ਐਡਵਰਟਾਈਜ਼ ਕਰਨ ਲੱਗ ਪੈਣ ਵੀ ਜਿਹੜੇ ਸਾਡੇ ਪੈਰੋਕਾਰ ਨੇ ਉਹ ਕ੍ਰਿਸ਼ਚਨ ਨੇ। ਇਹ ਤੁਸੀਂ ਇਹ ਦੇਖੋ ਕਿ ਮੈਂ ਸਰਕਾਰ ਨੂੰ ਵੀ ਕਹਾਂਗਾ ਇਹਦੇ ਬਾਰੇ ਥੋੜ੍ਹੀ ਜਿਹੀ ਨਿਗਾਹ ਰੱਖਣ ਇਹਦੇ ਬਾਰੇ, ਰਿਪ੍ਰੈਜ਼ੈਂਟੇਟਿਵ ਨੇ ਜੀ ਅੰਦਰ ਬੈਠੇ। ਹਾਂਜੀ, ਉਹ ਵੀ ਨਿਗਾਹ ਰੱਖਣ ਵੀ ਕੱਲ੍ਹ ਨੂੰ ਕੋਈ ਇਹ ਨਾ ਕੋਈ ਇਹਨੂੰ ਧਰਮੀ ਰੰਗਤ ਦਾ ਰੌਲਾ ਨਾ ਪੈ ਜਾਵੇ, ਕਿਉਂਕਿ ਸਰੀ ਤਾਂ ਵੈਸੇ ਹੀ ਆਪਣਾ ਕਈ ਚੀਜ਼ਾਂ ਚੱਲ ਰਹੀਆਂ ਨੇ ਇਸ ਟਾਈਮ। ਡਾਕਟਰ ਮਾਨ, ਤੁਸੀਂ ਕੀ ਐਡ ਕਰਨਾ ਚਾਹੁੰਦੇ ਹੋ ਜੀ ਇਹਦੇ 'ਚ, ਕੀ ਹੋਰ ਇਹਨੂੰ ਹੋਰ ਕਲੈਰੀਫਾਈ? ਮੈਂ ਭਾਅ ਜੀ ਨੇ ਹੁਣੇ ਜਿਹੜੀਆਂ ਗੱਲਾਂ ਕਹੀਆਂ ਮੈਂ ਬਿਲਕੁਲ
मतलब इन्होंने मैं रीफ्रेज करके दस सकता पर हाँ। मैं मोटे तौर पर यह सोचता वा कि फीलिंग ये आती कई बार कि जिमें ना असी कोई प्रोडक्ट है भी सानू रीब्रांड किया जाता मर्जी उन्होंने अपनी है अज इंडो कनेडियन सुते उठिया तो सवेरे असी साउथ एशियन बन जाने भी साड़ी हिस्टरी देखो साड़ा इतिहास देखो बहुत रिच हैरीटेज है साड़ी तो सानू ए रीब्रांड करने की कोशिश ना करो क्योंकि इस थोड़े नुकसान होना करोड़ जी कुछ और ऐड करना चाहते मैं ही ऐड करना चाहूँगा जी अपने लिसनर्स ले भी एक तरह की अपील ही समझ लो अपनी हिस्टरी दे पॉइंट तो हाँ जी हिस्टरी दे पॉइंट तो मैं ये कहूँगा भी हिस्टरी चो एक फ्रेज ले रहे हैं जी जी वो फ्रेज ये हैगा या भी जे आपां जिस वेले जो साड़ी आइडेंटिटी डिल्यूट हो रही है जे आपां उहदे विच न्यूट्रल खड़े हुंदे आ तां फिर असीं उहनां दे नाल खड़े हाँ जिहड़े साड़ी आइडेंटिटी नूं चेंज करना चाह रहे ने सो इस वेले आपां नूं पक्ष लैणा पैणा आ भी आपां किधर खड़े हाँ एज ए कम्यूनिटी आपां नूं ये सोचना पैना भी अपनी जिहड़ी सिख आइडेंटिटी आ उह वाकई इहदे नाल जिहड़ी आ उह डायल्यूट हो रही आ ठीक है ना अज जे डेल्यूजन शुरू हुई है तो डेल्यूजन अगली पीढ़ी तो जाते जाते यह खत्म हो जाएगी सो इस करके जो उपराला है जो बंजारा नोमैड ने किया है ये बहुत इंपॉर्टेंट है कि आप इस वेले वी शुड टेक अ स्टैंड वी शुड स्टैंड विद द राइट थिंग जी राइट थिंग इस वेले ये आ कि आप अपनी सिख कनेडियन आइडेंटिटी नू बरकरार रखने वास्ते आप आवाज उठाइए कि समा लगता है खत्म हो भी जे चीज़ा शुरू होंदिया ने किन्ने समय के हिस्टरी के की है भी किन्ने समय बाद आइडेंटिटी खत्म हो जाती है मिंगल हो जाता कम सारा कुछ टू जनरेशन इज कह सकते जिदा मैं पहला थानू रेफरेंस दिती हैगी है रॉयरसन की तुसी देख लो भी बच्चे जो उ शुरू हुए थे रेजिडेंशियल स्कूल विद इन टू टू थ्री जनरेशन उन्होंने जो जो उन्होंने आइडेंटिटी सी जो उन्होंने रिलीजियस बिलीफ सगिया वह सारिया जड़िया वो चेंज हो गई सगिया गल अपनी खसलत की चल रही है जब तुम अपना आप गवा बहने हो कि दुनिया के मैं इनू इस तरह भी सोचता भी जो साड़ी ये चीज़ प्रचलित होगी चाहे असी सिर ते दस्तारां सजाई फिरीए फिर असी टोपी लै लीए किपे लै लीए असी कुछ लै लीए जे कट्ठा उन्होंने करता फिर तुसी उहदे ते आओगे जिवें धड़ विकदी आ ना पूरी एक आलू एक वड्डे ने एक छोटे ने कहिंदे धड़ च कट्ठे वेचांगे उस तरह ही विकदी आ फिर सो दोबारा फिर गलबात करदे आ राज भाई जी एक दस्सिओ मैनूं पंजाब दे विच भी भारत दे विच भी सिखां ने अपनी वक्री आइडेंटिटी दे लई धारा दी गल जे होई बादल उन्हां ने धारा 25 साड़ी जी चलो फिर वह राजनीतिक कारण करके सेंटर दे नाल जाके बह गए पर वह चीज़ा उत्थे चलियां ने उत्थे भी आइडेंटिटी दी गल होई बिल्कुल बिल्कुल हुण भी हो रही है हाँ। और जदों असीं धारा 25 दी भी गल करदे आ ना जां साडे बजुर्ग करदे हुंदे सीगे उदों असीं सिखां दी हिंदू अपना वाहिगुरू मुसलमाना दी क्रिश्चना दी जिहड़ी घट गिणती सी सारिआं दी गल करदे सीगे क्योंकि इह सारिआं दी आइडेंटिटी नूं रेज करदी आ ਉਸੇ ਸੰਦਰਭ 'ਚ ਜੇ ਆਪਾਂ ਸਾਊਥ ਏਸ਼ੀਅਨ ਲਫਜ਼ ਨੂੰ ਦੇਖੀਏ ਚਾਹੇ ਸਾਊਥ ਏਸ਼ੀਅਨ ਇਕੱਲਾ ਕਹਿ ਲਓ ਚਾਹੇ ਸਾਊਥ ਏਸ਼ੀਅਨ ਕੈਨੇਡੀਅਨ ਨਾਲ ਲਾ ਕੇ ਕਹਿ ਲਓ ਇਹ ਵੀ ਆਪਣੀ ਆਇਡੈਂਟੀਟੀ ਉੱਦਾਂ ਹੀ ਰੇਸ ਕਰਦੀ ਪਈ ਆ ਪਰ ਉੱਥੇ ਇੱਦਾਂ ਸੀ ਵੀ ਘੱਟੋ ਘੱਟ ਸਾਨੂੰ ਹਿੰਦੂ ਤਾਂ ਕਹਿ ਰਹੇ ਸੀਗੇ ਇੱਥੇ ਤਾਂ ਸਾਨੂੰ ਉਹ ਵੀ ਨਹੀਂ ਕਹਿ ਰਹੇ ਇੱਥੇ ਤਾਂ ਸਾਊਥ ਏਸ਼ੀਅਨ ਜਿੱਦਾਂ ਅਸੀਂ ਪਤਾ ਨਹੀਂ ਕਿਤੇ ਮਾਰਸ ਤੋਂ ਆਏ ਹੋ ਲੋਕ ਹੁੰਦੇ ਆ ਨਾ ਇੱਥੇ ਤਾਂ ਸਾਡੇ ਨਾਲ ਇੱਦਾਂ ਹੋ ਰਿਹਾ ਹੁਣ ਤੁਸੀਂ ਇਹ ਦੇਖੋ ਕਿ ਬਲਪ੍ਰੀਤ ਸਿੰਘ ਹੁਣੀ ਨੇ ਵਰਲਡ ਸਿੱਖ ਔਰਗਨਾਈਜੇਸ਼ਨ ਤੋਂ ਕੌਂਸਲ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਹਿਸਾਬ ਨਾਲ ਇਹ ਜਿਹੜੀ ਸਾਊਥ ਏਸ਼ੀਅਨ ਟਰਮ ਹੈ ਇਹ ਰੇਸਿਸਟ ਟਰਮ ਗਲੋਬਲ ਵਿਲੇਜ ਤੋਂ ਮੀਰਾ ਗਿੱਲ ਕਹਿ ਰਹੀ ਹੈ ਵੀ ਮੈਨੂੰ ਇਹਦੀ ਤੁਸੀਂ ਲੀਗਲ ਡੈਫੀਨੇਸ਼ਨ ਦਿਓ ਬਿਲਕੁਲ ਠੀਕ ਹੈ ਜੈਜ਼ੀ ਬੈਂਸ ਕਹਿ ਰਿਹਾ ਕਿ ਆਈ ਐਮ ਪੰਜਾਬੀ ਸਿੱਖ ਆਈ ਐਮ ਨੋਟ ਸਾਊਥ ਏਸ਼ੀਅਨ ਸਿੱਖ ਪ੍ਰੈਸ ਐਸੋਸੀਏਸ਼ਨ ਦਾ ਮੁੰਡਾ ਕਹਿ ਰਿਹਾ ਆਈ ਐਮ ਸਿੱਖ ਕੈਨੇਡੀਅਨ ਆਈ ਐਮ ਨੋਟ ਸਾਊਥ ਏਸ਼ੀਅਨ ਸੋ ਜਿਹੜੇ ਜਿੱਦਾਂ ਮੈਂ ਕਹਿੰਦਾ ਹੁੰਦਾ ਵੀ ਡੋਂਟ ਸਿਟ ਔਨ ਦਾ ਫੈਂਸ ਤੁਸੀਂ ਇੱਕ ਪਾਸਾ ਕਰਕੇ ਜੇ ਤੁਸੀਂ ਸਾਊਥ ਏਸ਼ੀਅਨ ਹੋ ਨਾ ਸਾਨੂੰ ਪਤਾ ਲੱਗੇ ਵੀ ਤੁਸੀਂ ਰੇਸਿਸਟ ਹੋ ਸਾਨੂੰ ਇਸ ਗੱਲ ਦੱਸੋ ਆਪਣੇ ਮੂੰਹੋਂ ਕਹੋ ਵੀ ਵੀ ਆਰ ਸਾਊਥ ਏਸ਼ੀਅਨ ਕਿਉਂਕਿ ਸਾਨੂੰ ਲੱਗਦਾ ਵੀ ਇਹ ਜਿਹੜੀ ਟਰਮ ਹੈ ਰੇਸਿਸਟ ਟਰਮ ਆ ਫਿਰ ਇੱਕ ਪਾਸੇ ਆ ਕੇ ਸਾਡੇ ਨਾਲ ਗੱਲ ਕਰੋ ਹੁਣ ਦੇਖੋ ਸਾਡੇ ਤੇ ਆਮ ਤੌਰ ਤੇ ਗੱਲ ਹੁੰਦੀ ਆ ਕਿ ਜਿਹੜਾ ਪੰਜਾਬੀ ਆ ਸਿੱਖ ਆ ਉਹਨੂੰ ਡਿਬੇਟ ਨਹੀਂ ਕਰਨੀ ਆਉਂਦੀ ਲੜਦੇ ਬਹੁਤ ਨੇ ਅਸੀਂ ਤਾਂ ਕੈਨੇਡਾ ਨੂੰ ਕਹਿ ਰਹੇ ਹਾਂ
आओ साडे नाल डिबेट करो, इस टर्म दे उपर डिबेट करो, सानू इहदी लीगल डेफिनेशन दवो, सानू इहदी ऑपरेशनल डेफिनेशन दवो। सानू जिदा अपना मानवीर जी ने कहा कि असीं तां इदां होए वी जिहड़े साडे भरा ने जां भैणां ने उह रात नूं बकरा पार्टी करदे ने ते इंडो कैनेडियन सीगे, जदों सवेरे भान लत्थी दे उह मुड़ के साउथ एशियन बणाते। असीं इह तां मदहोशी दी हालत, सानू पता ही नहीं लगा की हो गया। कुछ राज जी कुछ असी तो नहीं गलती कर बैठे, पहलियां पीढ़ियां भी साढ़े नौ पुट्ठे सी, हरजीत सिंह की जगह हरज बन गए, रमिंदर की जगह रोमी बन गए, तो वह आइडेंटिटी ये ली कि तमिंदर की जगह टॉम बन गए। अखे जी गोरिया नूं कहना नहीं आउंदा, गोरा किहड़ा थोड़े पहले नौ नाल हारो तमिंदर कह के सादा भी आजा चाह पिलाईए तमिंदर तैनू जां टॉम कह के, ये कितने असी भी गलतियां कीतियां ने नौ अपनी आइडेंटिटी जां सिंह ते कौर विचों चक के। जी जी भाई जी तुसी राज जी। हाँ जी, मैं तो यही कहूँगा भी जिहड़ियां ये जिहड़ियां चेंजेस होए ने नां दे, मैं पहला भी कहा सीगा कि मैं एक स्मॉल टाउन दे विच आया सीगा, तुसी अपना पूरा नाम रखिया ते पूरा ना ते ओ जिहड़े होर लोग सीगे जिद्दां कम्युनिटी सीगियां उत्थे तकरीबन ना जिहड़ा आ ओह जिहड़ा लोकां ने रख्या हैगा शॉर्ट करके, मैं नहीं कहूँगा भी नहीं होया, ये स्मॉल टाउन दे विच ज़्यादा प्रचलित हुई है गल भई तुसी टॉम या जिथी जो भी तुसी गैरी बैरी जो तुसी गल कीती हैगी है वो है, बट उहदे नाल डिल्यूशन साडी आइडेंटिटी दी होई आ, इहदे नाल मैं सहमत नहीं हैगा भई इह होई है, इस तरह नहीं होई, इदां नहीं मैं समझूंगा। राज भाजी इहदे बारे कुछ ज़्यादा थोड़ा ऐड करो। देखो जी मतलब मैं कहना चाहुंदा भई असीं तां नहीं किते पार्टी दा होए भी सानूं इधर नूं लै के चले ने उह, तां किहड़ा किहड़ा हिस्सा साडा पार्ट आ फिर? देखो जी पढ़ लिखण वाले जदों आपां नूं ना आपां अपनी पड़चोल करन दी बजाय नखेधी करदे आं, ते जदों आपां नूं अपनी बोली ते माण नहीं हुंदा, अपनी पछाण ते माण नहीं हुंदा, फिर असीं महां दी दाल नूं ब्लैक दाल सद्दण लग पैंदे आं, भिंडियां नूं उतरा सद्दण लग पैंदे आं, कहिंदे आ साडे मूंह चों कूणी शब्द नहीं निकलदा, गोडा नहीं निकलदा, गिट्टा नहीं निकलदा, फिर उहदी असीं अंग्रेजी च लफ्ज़ बोलदे आं। ਜਦੋਂ ਇਹਦਾ ਬੇਸਿਕ ਜਿਹੜਾ ਹੈਗਾ ਨਾ ਉਹ ਇਹ ਹੈ ਕਿ ਜਦੋਂ ਸਾਨੂੰ ਆਪਣੀ ਬੋਲੀ ਦੇ ਕਿਸੇ ਵੀ ਸ਼ਬਦ ਬੋਲਣ 'ਚੋਂ ਦਿੱਕਤ ਆਉਣ ਲੱਗ ਪਵੇ, ਇਹਦਾ ਮਤਲਬ ਅਸੀਂ ਆਪਣੀ ਬੋਲੀ 'ਤੇ ਮਾਣ ਨਹੀਂ ਕਰਦੇ। ਇੱਦਾਂ ਹੀ ਜਦੋਂ ਜਿੱਦਾਂ ਹੁਣ ਆਪਣੀ ਗੱਲ ਹੋ ਰਹੀ, ਜੇ ਬਾਹਰ ਜਾ ਕੇ ਮੈਂ ਕਿਸੇ ਨੇ ਮੈਨੂੰ ਪੁੱਛਿਆ ਵੀ ਕੀ ਗੱਲ ਹੋਈ, ਜੇ ਮੈਂ ਉਹਨੂੰ ਇੱਕ ਨੁਕਤੇ ਵਿੱਚ ਗੱਲ ਨਹੀਂ ਸਮਝਾ ਸਕਦਾ ਨਾ, ਇਹਦਾ ਮਤਲਬ ਮੇਰੀ ਆਪਣੀ ਮਾਂ ਬੋਲੀ 'ਤੇ ਪੂਰੀ ਸਮਝ ਅਤੇ ਪਕੜ ਹੈ ਨਹੀਂ ਗੀ। ਬਿਲਕੁਲ। ਸੋ ਸਾਡੇ ਕੋਲ ਗਲਤੀ ਇਹ ਹੋਈ ਕਿ ਅਸੀਂ ਇੱਕ ਜਿਹੜਾ ਉਸ ਟਾਈਮ ਕਿਉਂਕਿ ਅਸੀਂ ਨਵੇਂ ਆਏ ਸੀਗੇ ਔਰ ਕੈਨੇਡਾ ਨੂੰ ਅਕੋਮੋਡੇਟ ਕਰਨ ਲਈ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਰੰਗ ਵਿੱਚ ਢਾਲ ਲਿਆ, ਔਰ ਕਈਆਂ ਨੇ ਇੰਨਾ ਪੱਕਾ ਆਪਣੇ ਆਪ ਨੂੰ ਢਾਲ ਲਿਆ ਕਿ ਉਹ ਜਮ੍ਹਾਂ ਹੀ ਉੱਧਰਲੇ ਹੋ ਗਏ ਨੇ। ਹੁਣ ਜਿਹੜੇ ਭਾਈ ਸਾਹਿਬ ਨੇ ਸਾਊਥ ਏਸ਼ੀਅਨ ਚਰਚ ਦੇ ਬਾਰੇ ਲਿਖਿਆ ਹੋਇਆ, ਉਹ ਮੇਰਾ ਖਿਆਲ ਆ ਵੀ ਜਿਹੜੇ ਉਹ ਹਿੰਦੂ ਅਤੇ ਸਿੱਖ ਉੱਥੇ ਜਾ ਰਹੇ ਨੇ ਉਹੀ ਜਾ ਰਹੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਪੂਰਨ ਤੌਰ 'ਤੇ ਢਾਲ ਲਿਆ ਹੋਇਆ। ਪਰ ਕਿਸੇ ਵੀ ਟਾਈਮ ਜਾਗ ਪੈਣਾ ਮਾੜੀ ਗੱਲ ਨਹੀਂ ਹੁੰਦੀ, ਜੇ ਮੇਰੇ ਤੋਂ ਜਾਂ ਮਾਂ ਸਾਹਿਬ ਤੋਂ ਜਾਂ ਈਵਨ ਤੁਹਾਡੇ ਤੋਂ ਕੋਈ ਗਲਤੀਆਂ ਹੋਈਆਂ ਹੋਣਗੀਆਂ, ਬਿਲਕੁਲ ਇਨਸਾਨ ਹੈ ਆਪਾਂ, ਆਪਾਂ ਆ ਕੇ ਕਹਿ ਸਕਦੇ ਹਾਂ ਵੀ ਜੀ ਮੇਰੇ ਤੋਂ, ਮੈਂ ਉਦੋਂ ਯੂਨੀਵਰਸਿਟੀ ਤੋਂ $10,000 ਲੈ ਕੇ ਸਾਊਥ ਏਸ਼ੀਅਨ ਦੇ ਉੱਪਰ ਇੱਕ ਪੇਪਰ ਲਿਖਿਆ ਹੋਇਆ, ਪਰ ਮੈਂ ਹੁਣ ਇਹ ਗਲਤੀ ਮਹਿਸੂਸ ਕਰਦਾ, ਪੈਸੇ ਤਾਂ ਨਹੀਂ ਮੈਂ ਉਹਨਾਂ ਨੂੰ ਮੋੜਨੇ, ਪਰ ਮੈਂ ਉਹਨਾਂ ਦੇ ਹਲਕੀ ਜੀ ਛਮਕ ਕਹਿ ਲਓ ਜਾਂ ਚਪੇੜ ਕਹਿ ਲਓ ਜ਼ਰੂਰ ਮਾਰਨੀ ਆ ਵੀ ਆਇਆ ਮੈਂ ਮੁਸਲਿਮ ਕੈਨੇਡੀਅਨ, ਆਈ ਐਮ ਏ ਕੈਨੇਡੀਅਨ, ਜਾਂ ਆਮ ਏ ਸਿੱਖ ਕੈਨੇਡੀਅਨ, ਆਮ ਏ ਹਿੰਦੂ ਕੈਨੇਡੀਅਨ। ਸੋ ਆਪਾਂ ਕਿਸੇ ਵੀ ਟਾਈਮ ਆਪਾਂ ਸਮਝ ਸਕਦੇ ਹਾਂ, ਇਹ ਨੇਟਿਵ ਨੂੰ ਜੇ ਆਪਾਂ ਉਹਨਾਂ ਦੇ ਪਰਸਪੈਕਟਿਵ ਤੋਂ ਦੇਖੀਏ ਨਾ, ਇਹ ਕੋਈ ਮਿਹਣਾ ਨਹੀਂ ਹੋਣਾ ਚਾਹੀਦਾ ਜੀ ਹੁਣ ਤੁਸੀਂ ਲਾਸ਼ਾਂ ਦੀ ਗੱਲ ਕਰ ਰਹੇ ਹੋ ਅਤੇ 100 ਸਾਲ ਪਹਿਲਾਂ ਕਿੱਥੇ ਸੀਗੇ, ਇਹ ਤਾਂ ਜਦੋਂ ਜਾਗ ਪਵੋ ਉਦੋਂ ਹੀ ਸਵੇਰ ਆਇਆ ਜੀ। ਬਿਲਕੁਲ ਠੀਕ ਆ। ਮੈਂ ਨਾ ਇੱਥੇ ਰਾਜ ਭਾਜੀ ਨਾਲ ਇੱਕ ਗੱਲ ਐਡ ਆਨ ਕਰੂੰਗਾ ਕਿ ਜਦੋਂ ਅਸੀਂ 20 ਸਾਲ ਦੇ ਹੁੰਦੇ ਹਾਂ ਨਾ ਸਾਨੂੰ ਲੱਗਦਾ ਵੀ ਅਸੀਂ ਬਹੁਤ ਸਿਆਣੇ ਹਾਂ, ਫਿਰ 25 ਦੇ ਹੋਈ ਤਾਂ ਉਦੋਂ ਵੀ ਬੜਾ ਕੌਨਫੀਡੈਂਸ ਆ ਅਸੀਂ ਬਹੁਤ ਸਿਆਣੇ ਹਾਂ। ਸੋ ਕੁਛ ਗਲਤੀਆਂ ਅਸੀਂ ਕਰੀ ਜਾ ਰਹੇ ਹੁੰਦੇ ਹਾਂ ਪਰ ਸਾਨੂੰ ਲੱਗਦਾ ਵੀ ਅਸੀਂ ਬਹੁਤ ਸਿਆਣੇ ਹਾਂ। ਸਮਾਂ ਪੈ ਕੇ ਲੈਥੇ ਜਦੋਂ ਆਪਾਂ 45-50 ਦੇ ਹੁੰਦੇ ਹਾਂ ਕੁਛ ਚੀਜ਼ਾਂ ਦਾ ਰਿਅਲਾਈਜੇਸ਼ਨ ਹੋ ਜਾਂਦੀ ਵੀ ਆਹ ਮੈਂ ਉਦੋਂ ਸੋਚਦਾ ਸੀ ਪਰ ਇਹ ਗਲਤ ਸੀ ਜੀ। ਹੁਣ ਤੁਹਾਡੇ ਕੋਲ ਦੋ ਆਪਸ਼ਨਾਂ ਹੋ ਜਾਂਦੀਆਂ ਨੇ, ਇੱਕ ਤਾਂ ਉਸ ਜਿੱਦ ਨੂੰ ਫੜ ਕੇ ਬਹਿਸ ਕਰੀ ਚੱਲੋ ਅਤੇ ਇੱਕ ਹੁੰਦਾ ਵੀ ਪੋਲਾਈਟਲੀ ਆਪਣੀ ਗਲਤੀ ਨੂੰ ਰਿਅਲਾਈਜ਼ ਕਰੋ ਵੀ ਇਹ ਹੋਈਆਂ ਨੇ ਪਰ ਹੁਣ ਅਸੀਂ ਸੁਧਾਰ ਕਰਾਂਗੇ। ਸੋ ਜਿਹੜਾ ਪੜ੍ਹਿਆ ਲਿਖਿਆ ਵਰਗ ਐਕੇਡੀਮੀਆ ਜਾਂ ਜਿਹੜੇ ਹੋਰ ਪੜ੍ਹੇ ਲਿਖੇ ਲੋਕ ਨੇ ਆਪਣੇ ਆਪ ਨੂੰ ਸਾਊਥ ਏਸ਼ੀਆ ਨਾਲ ਆਇਡੈਂਟੀਫਾਈ ਕਰਦੇ ਸੀਗੇ ਅਤੇ ਜੇ ਉਹਨਾਂ ਨੂੰ ਗੱਲਾਂ ਹੁਣ ਸਮਝ ਆ ਗਈਆਂ ਨੇ, ਮੈਂ ਤਾਂ ਇਹ ਕਹੂੰਗਾ ਵੀ ਉਹਨੂੰ
ਹੁਣ ਜਿਹਦੇ ਨਾਲ ਫੜ ਲੈਣ ਵੀ ਅਸੀਂ ਇੰਨੇ ਸਾਲ ਕਿਹਾ ਤੇ ਹੁਣ ਅਸੀਂ ਇਹਦੇ ਤੋਂ ਹਟਣਾ ਨਹੀਂ ਹੈ ਜੇ ਸਮਝ ਆ ਗਈ ਹੈ ਪੋਲਾਈਟਲੀ ਇਸ ਚੀਜ਼ ਨੂੰ ਰਿਅਲਾਈਜ਼ ਕਰੋ ਤੇ ਆਪਦੇ ਆਪ ਦੇ ਜਿਹੜਾ ਤੁਹਾਨੂੰ ਇਹ ਜਿਹੜੀ ਜਿਹੜਾ ਤੁਹਾਨੂੰ ਭਾਅ ਜੀ ਨੇ ਜਿਵੇਂ ਕਿਹਾ ਵੀ ਗਾਲ ਗੱਡੀ ਜਾ ਰਹੀ ਹੈ ਇਹਦੇ ਤੋਂ ਥੋੜ੍ਹਾ ਗੁਰੇਜ਼ ਕਰੋ ਅਤੇ ਇਹਦੇ ਇਹਦੇ ਅਗੇਂਸਟ ਗੱਲ ਕਰੋ ਔਰ ਇਕੱਠੇ ਹੋ ਕੇ ਆਓ। ਅੱਛਾ ਜੀ, ਇੱਕ ਮੈਨੂੰ ਐਂ ਦੱਸਿਓ ਜਿਹੜੀ ਵਣਜਾਰਾ ਨੋਮੈਡ ਹੈ ਉਹ ਉਹ ਸ਼ਬਦ ਕਿੱਥੋਂ ਆਇਆ, ਇਹ ਇਹ ਕੀ ਹੈ ਤੁਹਾਡੀ ਜਿਹੜੀ ਵੈਬਸਾਈਟ ਹੈ? ਇਹ ਜੀ ਜਿੱਦਾਂ ਵਣਜਾਰਾ ਵਣਜ ਹੋ ਗਿਆ ਵੀ ਤੁਸੀਂ ਕੀ ਵਣਜ ਕਰਦੇ ਹੋ। ਅੱਛਾ, ਸੋ ਅਸੀਂ ਜਿੱਦਾਂ ਮਾਨ ਵੀਰ ਜੀ ਹੈਗੇ ਨੇ ਡੈਂਟਿਸਟ, ਸੰਨੀ ਭਾਅ ਜੀ ਬਿਲਡਰ ਨੇ, ਅਤੇ ਮੇਰਾ ਵੀ ਤੁਰੀ ਫਲਕਾ ਤੁਰੀ ਜਾਂਦਾ ਚੱਲ ਰਿਹਾ, ਪਰ ਇੱਕ ਸਾਨੂੰ ਸ਼ੌਕ ਨੇ ਜੀ, ਅਸੀਂ ਆਫ ਰੋਡਿੰਗ ਜਾਂਦੇ ਹਾਂ, ਸ਼ਿਕਾਰ 'ਤੇ ਜਾਂਦੇ ਹਾਂ, ਫੋਟੋਗ੍ਰਾਫੀ ਕਰਦੇ ਹਾਂ, ਮੈਂ ਕਿਤੇ ਕਿਤੇ ਲਿਖ ਵੀ ਲੈਂਦਾ ਥੋੜ੍ਹਾ ਮੋਟਾ, ਸੋ ਅਸੀਂ ਇੱਦਾਂ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ ਵਣਜਾਰੇ ਜਿਹੇ ਹਾਂ ਨਾ। ਅੱਛਾ, ਪਰ ਇਹਦਾ ਇੱਕ ਹੋਰ ਮਾਇਨਾ ਵੀ ਹੈਗਾ ਵੀ ਜਿਨ੍ਹਾਂ ਕੌਮਾਂ ਕੋਲ ਆਪਣੇ ਘਰ ਨਹੀਂ ਹੁੰਦੇ ਉਹ ਵਣਜਾਰੇ ਹੁੰਦੇ ਨੇ, ਜਿੱਦਾਂ ਅਸੀਂ ਇਸ ਖੂਬਸੂਰਤ ਧਰਤੀ 'ਤੇ ਬੇਸ਼ੱਕ ਰਹਿ ਰਹੇ ਹਾਂ ਪਰ ਕਿਤੇ ਕਿਤੇ ਜ਼ਰੂਰ ਖਿਆਲ ਆਉਂਦਾ ਵੀ ਵਣਜਾਰਿਆਂ ਦੀ ਤਰ੍ਹਾਂ ਰਹਿ ਰਹੇ ਹਾਂ ਅਸੀਂ, ਪਰ ਸਾਨੂੰ ਇਹ ਧਰਤੀ ਬਹੁਤ ਖੂਬਸੂਰਤ ਲੱਗ ਰਹੀ ਆ ਇੱਥੋਂ ਦੇ ਲੋਕ। ਤੁਸੀਂ ਇੱਦਾਂ ਵੀ ਦੇਖੋ ਵੀ ਜਦੋਂ ਅਸੀਂ BC ਦੀ ਸਰਕਾਰ ਕੋਲ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਫੱਟ ਸਾਡਾ ਜਵਾਬ ਦਿੱਤਾ ਅਤੇ ਉਹਨਾਂ ਨੇ ਕਿਹਾ ਵੀ ਸਾਊਥ ਏਸ਼ੀਅਨ ਟਰਮ ਇਜ਼ ਇਨਕਲੂਸਿਵ ਐਂਡ ਡਿਵਾਈਸਿਵ, ਇਹ ਬਹੁਤ ਖੂਬਸੂਰਤੀ ਹੈ ਜੀ ਇੱਥੋਂ ਦੀ। ਸੋ ਅਸੀਂ ਉਹਨਾਂ ਦਾ ਧੰਨਵਾਦ ਦੱਸਦਾ ਜਦੇ ਮੰਨ ਗਏ ਜੀ। ਸੋ ਇੱਦਾਂ ਮੈਨੂੰ ਲੱਗਦਾ ਵੀ ਅਸੀਂ ਜਿੱਦਾਂ ਬੱਚੇ ਹਾਂ ਅਤੇ ਉਹ ਬਜ਼ੁਰਗ ਨੇ, ਅਸੀਂ ਮਨਾ ਲੈਣਾ ਉਹਨਾਂ ਨੂੰ ਹੌਲੀ ਹੌਲੀ। ਸਨੀ ਜੀ, ਕੀ ਹੋਰ ਕੀ ਐਡ ਕਰਨਾ ਚਾਹੋ? ਮੈਂ ਤਾਂ ਇਹੀ ਐਡ ਕਰਨਾ ਚਾਹੂੰਗਾ ਜੀ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਜਿਹੜੀ ਇਹ ਜਿੱਦਾਂ ਰਾਜ ਭਾਈ ਨੇ ਵੀ ਕਿਹਾ, ਡਾਕਟਰ ਮਾਨ ਵੀ ਕਹਿ ਚੁੱਕੇ ਨੇ ਵੀ ਇਹ ਜਿਹੜੀ ਟਰਮ ਹੈਗੀ ਆ ਸਾਊਥ ਏਸ਼ੀਅਨ, ਇਹ ਬੜੀ ਇਹ ਇੱਕ ਤਰ੍ਹਾਂ ਦੀ ਡਿਵਾਈਸਿਵ ਟਰਮ ਹੈਗੀ ਆ, ਅਤੇ ਇਹਦੇ ਨਾਲ ਜਿੱਦਾਂ ਆਪਣੀ ਆਈਡੈਂਟੀ ਜਿਹੜੀ ਆ ਉਹ ਜ਼ਰੂਰ ਡਾਇਲਿਊਟ ਵੀ ਹੁੰਦੀ ਆ ਅਤੇ ਰੇਸ ਵੀ ਹੁੰਦੀ ਹੈਗੀ ਆ, ਪਰ ਜਿਹੜੀ ਗੱਲ ਸਮਝਣ ਵਾਲੀ ਗੱਲ ਹੈ ਉਹ ਇਹ ਆ ਵੀ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਅਕੈਡਮੀਆਂ ਦੀ, ਠੀਕ ਹੈ ਜੀ, ਕਿਉਂਕਿ ਗੱਲ ਇਹ ਤੁਰੀ ਜਾਂ ਇਹਨੂੰ ਤੋਰਨ ਵਾਲਾ ਜਾਂ ਇਹ ਅਕੈਡਮੀਆਂ ਪਲੇਜ਼ ਅ ਵੈਰੀ ਇਹਨਾਂ ਨੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਥੋੜ੍ਹੀ ਕਰੈਕਸ਼ਨ ਕਹਾਂਗਾ, ਇਹਨਾਂ ਨੇ ਡੈਮੇਜ ਵੀ ਬਹੁਤ ਕਰ ਰਹੇ ਨੇ ਇਸ ਟਾਈਮ। ਹਾਂਜੀ, ਡੈਮੇਜ ਵੀ ਹੋ ਜਾਣੀ ਆ ਕਿਉਂਕਿ ਅਕੈਡਮੀਆਂ ਜਿਹੜੇ ਐਜੂਕੇਸ਼ਨ ਆ ਇਜ਼ ਦਾ ਬੇਸਿਸ ਆਫ ਫੋਰ ਸਿਵਲਾਈਜੇਸ਼ਨ, ਠੀਕ ਹੈ ਜੀ, ਜਿਸ ਦੀ ਅਕੈਡਮੀਆਂ ਦੇ ਵਿੱਚ ਇਹ ਆ ਗਿਆ ਆ, ਹੁਣ ਸਾਊਥ ਏਸ਼ੀਅਨ ਸਟੱਡੀ ਸੈਂਟਰ ਬਣ ਗਿਆ, ਠੀਕ ਹੈ ਜੀ, ਅਤੇ ਉਹਦੇ ਬਾਅਦ ਹੋਰ ਕੀ ਬਣੇਗਾ? ਸਾਊਥ ਏਸ਼ੀਅਨ ਸਟੱਡੀਜ਼ ਦੇ ਬਾਅਦ ਸੈਂਟਰ ਬਣਨ ਤੋਂ ਬਾਅਦ ਕਿਆ ਯੂਨੀਵਰਸਿਟੀਆਂ ਬਣਨਗੀਆਂ? ਕਿਆ ਉਹਦੇ ਬਾਅਦ ਆਪਾਂ ਇਹਨੂੰ ਹੋਰ ਬੜਾਵਾ ਦੇਵਾਂਗੇ? ਸੋ ਇਹਨੂੰ ਸਮਝਣ ਦੀ ਬਹੁਤ ਜ਼ਰੂਰਤ ਆ ਆਵਾਮ ਨੂੰ, ਸਾਰੇ ਬੰਦਿਆਂ ਨੂੰ, ਵੀ ਇਹ ਸਾਰੇ ਲੋਕਾਂ ਨੂੰ, ਵੀ ਇਹ ਜਿਹੜੀ ਚੀਜ਼ ਹੈਗੀ ਆ ਸਾਊਥ ਏਸ਼ੀਅਨ ਜਿਹੜਾ ਵਰਲਡ ਹੈਗਾ ਆ ਉਹਦੇ ਨਾਲ ਆਪਾਂ ਆਪਣੇ ਆਈਡੈਂਟੀ ਨੂੰ ਨਾ ਜਿਹੜਾ ਆ ਉਹਨੂੰ ਡਿਲੂਟ ਨਾ ਕਰੀਏ, ਆਪਣੀ ਜਿਹੜੀ ਸਿੱਖ ਕਨੇਡੀਅਨ ਪੰਜਾਬੀ ਕਨੇਡੀਅਨ ਜਿਹੜੀ ਆਈਡੈਂਟੀ ਹੈਗੀ ਆ ਉਹ ਬਰਕਰਾਰ ਰੱਖਣ ਵਾਸਤੇ ਅਕੈਡਮੀਆਂ ਨੇ ਸਮਝਣਾ ਬਹੁਤ ਜ਼ਰੂਰੀ ਹੈਗਾ ਵੀ ਜਿਹੜੀ ਯੂਨੀਕ ਆਈਡੈਂਟੀਜ਼ ਆ ਉਹਨੂੰ ਰੇਸ ਨਾ ਕੀਤਾ ਜਾਵੇ। ਇਹ 'ਚ ਮੈਂ ਐਡ ਕਰ ਲਵਾਂ ਵੀ ਚਲੋ ਅਸੀਂ ਚਾਰ ਸਿੱਖ ਗੱਲਬਾਤ ਕਰ ਰਹੇ ਹਾਂ, ਇਹ ਸਾਰਿਆਂ ਲਈ ਉਹ ਮਾਣ ਹੈ, ਹਿੰਦੂਜ਼ ਲਈ ਵੀ ਹੈ, ਬਿਲਕੁਲ ਜੀ, ਮੁਸਲਿਮ ਲਈ ਵੀ ਹੈ, ਇਹ ਨਹੀਂ ਹੈ ਵੀ ਇਕੱਲੇ ਅਸੀਂ ਸਿੱਖਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਦੀ ਵੀ ਆਈਡੈਂਟੀ ਇਹਦੇ ਨਾਲ ਬਾਲ ਹੋ ਰਹੇ ਨਾਲ ਹੈ ਜੀ, ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਵੱਡੇ ਹਿੰਦੂ ਵੀਰ ਨੇ, ਸਾਡੇ ਵੱਡੇ ਮੁਸਲਿਮ ਵੀਰ ਨੇ ਜਾਂ ਹੋਰ ਵੀ ਨੇ, ਉਹ ਵੀ ਇਹਦੇ ਬਾਰੇ ਆਵਾਜ਼ ਉਠਾਉਣ, ਇਹਦੇ ਬਾਰੇ ਗੱਲ ਕਰਨ, ਕਿਉਂਕਿ ਜਾਂ ਤਾਂ ਤੁਸੀਂ ਖੁਦ ਆਪਣੇ ਆਪ ਨੂੰ ਡਿਫਾਈਨ ਕਰੋਗੇ ਜਾਂ ਕੋਈ ਆ ਕੇ ਤੁਹਾਨੂੰ ਡਿਫਾਈਨ ਕਰੂਗਾ। ਔਰ ਇੱਕ ਸ਼ਖਸ ਨੇ ਮੈਨੂੰ ਪੁੱਛਿਆ ਸੀਗਾ ਕਿ ਇਹ ਲੜਾਈ ਬਹੁਤ ਵੱਡੀ ਹੈ, ਲੰਬੀ ਹੈ, ਅਤੇ ਮੈਂ ਉਹਨੂੰ ਉਹ ਕਹਿੰਦੇ ਜੀ ਵੀ ਇਹ ਲੜਾਈ ਕਦੋਂ ਖਤਮ ਹੋਊਗੀ? ਮੈਂ ਕਿਹਾ ਜੀ ਜਦੋਂ ਅਸੀਂ ਜਿੱਤਾਂਗੇ। ਉਹ ਕਹਿੰਦੇ ਜੀ ਤੁਸੀਂ ਕਦੋਂ ਜਿੱਤੋਗੇ? ਮੈਂ ਕਿਹਾ ਜੀ ਜਦੋਂ ਲੜਾਈ ਖਤਮ ਹੋਊਗੀ। ਸੋ ਇਹ ਅਸੀਂ ਬਿਲਕੁਲ ਠੀਕ ਹੈ। ਔਰ ਜਿਹੜੀ ਤੁਸੀਂ ਇੱਕ ਗੱਲ ਕੀਤੀ ਨਾ ਖਸਲਤ ਲਫ਼ਜ਼ ਵਰਤਿਆ ਸੀਗਾ, ਸੋ ਮੈਂ ਉਹਦੇ ਬਾਰੇ ਕਹਿਣਾ ਚਾਹਾਂਗਾ ਕਿ ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਅਖੀਰ 'ਚ ਕੋਈ ਗੱਲ ਹੋਰ? ਮੈਂ ਰਾਜ ਭਾਅ ਜੀ ਦੀ ਜਿਹੜੀ ਗੱਲ ਕੀਤੀ ਨਾ, ਮੈਂ ਰੈਫਰੈਂਸ ਪੁਆਇੰਟ ਦੇਣ ਲੱਗਾ ਜੀ, ਜਦੋਂ ਆਹ ਸਾਊਥ ਏਸ਼ੀਆ ਦੀ ਗੱਲ ਚੱਲੀ ਸਾਊਥ ਏਸ਼ੀਅਨ ਦੀ, ਅਤੇ ਮੈਂ ਆਪਣੇ ਜਿਹੜੇ ਬੋਸਟਨ ਪੜ੍ਹਦੇ ਮਿੱਤਰ ਸੀ ਨਾ ਸਾਊਥ ਤੋਂ, ਜਿਹੜੇ ਸਾਊਥ ਇੰਡੀਆ ਤੋਂ ਕਹਿ ਦਿੱਤਾ, ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਪੁੱਛਿਆ, ਮੈਂ ਕਿਹਾ ਵੀ ਡੂ ਹੈਵ ਯੂ ਐਵਰ ਹਰਡ ਦਾ ਵਰਡ ਸਾਊਥ ਏਸ਼ੀਅਨ, ਵੀ ਡੂ ਯੂ ਕਨੈਕਟ ਯੂਅਰ ਸੈਲਫ ਵਿਦ ਦਿਸ ਵਰਡ? ਅਤੇ ਇੱਕ ਗੁਜਰਾਤੀ ਸੀ ਮੁੰਡਾ, ਇੱਕ ਤਾਮਿਲਨਾਡੂ ਤੋਂ ਸੀਗਾ, ਦੋ ਆਂਧਰਾ ਵਾਲੇ ਸੀਗੇ, ਉਹ ਚਾਰਾਂ ਦਾ ਇੱਕ ਜਵਾਬ ਸੀਗਾ ਵੀ ਹੂ ਇਜ਼ ਗਿਵਿੰਗ ਯੂ ਦਿਸ ਰੋਂਗ ਇਨਫੋਰਮੇਸ਼ਨ? ਫਿਰ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਇੱਦਾਂ ਇੱਦਾਂ ਹੈ, ਕਹਿੰਦਾ ਹੂ ਇਜ਼ ਗਿਵਿੰਗ ਯੂ ਦਿਸ ਇਨਫੋਰਮੇਸ਼ਨ? ਮੈਂ ਕਿਹਾ ਵੀ ਅਕੈਡੀਮੀਆ, ਦੇ ਹੈਵ ਕਮ ਅਪ ਵਿਦ ਦਿਸ ਟਰਮਸ, ਐਂਡ ਮੈਂ ਜਿਵੇਂ ਗੱਲ ਉਹਨਾਂ ਨਾਲ ਕੀਤੀ,
ਉਹ ਕਹਿੰਦਾ ਵੀ ਵੀ ਨੀਡ ਟੂ ਫਾਇਰ ਦਿਸ ਅਕੈਡਮੀਆ ਤਾਮਿਲਨਾਡੂ ਵਾਲਾ ਕਹਿੰਦਾ ਮੈਂ ਕਿਹਾ ਆਈ ਕੈਨ ਡੂ ਦੈਟ ਉਹ ਕਹਿੰਦਾ ਬਟ ਵਾਈ ਆਰ ਦੇ ਡੂਇੰਗ ਦਿਸ ਮਤਲਬ ਉਹਦਾ ਪਹਿਲਾ ਸਵਾਲ ਸੀਗਾ ਅਜੇ ਉਹ ਬ੍ਰਿਟਿਸ਼ ਕੋਲੰਬੀਆ ਕਦੀ ਆਇਆ ਨਹੀਂ ਹੈ ਬਟ ਬਹੁਤ ਦੂਰ ਗੱਲ ਹੋ ਰਹੀ ਦੂਰ ਗੱਲ ਹੋ ਰਹੀ ਪਰ ਉਹ ਵੀ ਕਹਿੰਦਾ ਵੀ ਅਸੀਂ ਕਹਿੰਦਾ ਆਈ ਐਮ ਏ ਪ੍ਰਾਊਡ ਟੈਂਪਲ ਅਮੈਰੀਕਨ ਜਦ ਬਾਈ ਜੀ ਉਹਨਾਂ ਦੀਆਂ ਫਿਲਮਾਂ ਚੱਲਦੀਆਂ ਨੇ ਪਹਿਲਾਂ ਧੂਫ ਲੱਗਦੀ ਆ ਉਹਨਾਂ ਦੇ ਥੀਏਟਰ 'ਚ ਕੋਇੰਬਟੂਰ ਮੈਂ ਦੇਖ ਕੇ ਆਇਆ ਉਹਨਾਂ ਦੀ ਆਪਣੀ ਮਾਂ ਭਾਸ਼ਾ ਦੀ ਜਾਂ ਫਿਲਮ ਚੱਲਦੀ ਆ ਪਹਿਲਾਂ ਧੂਫ ਲਾਉਂਦੇ ਨੇ ਅੰਦਰ ਵੀ ਸਾਡੀ ਮਾਂ ਭਾਸ਼ਾ ਦੀ ਗੱਲ ਚੱਲ ਰਹੀ ਇੰਨੀ ਇੰਨੀ ਆਈਡੈਂਟੀ ਨੂੰ ਪਿਆਰ ਕਰਦੇ ਆ ਆਪਣੇ ਆ ਪਿੱਛੇ ਜੇ ਰੌਲਾ ਪਿਆ ਜੀ ਕੰਨੜ ਵੀ ਉਹਨਾਂ ਨੇ ਕਿਹਾ ਨਾ 60% ਜਿਹੜੇ ਬੋਰਡ ਨੇ 60 ਦਿਨ ਦਿੱਤੇ ਉਹਨਾਂ ਨੇ ਮੇਰੇ ਖਿਆਲ ਇਫ ਆਈ ਐਮ ਨੋਟ ਕਰੈਕਟ ਵੀ ਆ ਸਾਰੇ ਲੈਂਗੁਏਜ ਚੇਂਜ ਕਰੋ ਵੀ ਜਿਹੜੇ ਬਾਜ਼ਾਰਾਂ 'ਚ ਉੱਥੇ ਬੋਰਡ ਨੇ ਕਹਿੰਦੇ ਲਾ ਦਿਓ ਸਾਰੇ ਸਨੀ ਜੀ ਕੁਛ ਹੋਰ ਐਡ ਕਰਨਾ ਚਾਹੋ ਅਖੀਰ ਦੇ ਵਿੱਚ ਇੱਕ ਮਿੰਟ ਹੋਰ ਆਪਣੇ ਕੋਲ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਇਹ ਵੀ ਜਿਹੜਾ ਇਹ ਉਪਰਾਲਾ ਹੈਗਾ ਆ ਇਹ ਆਵਾਜ਼ ਰਲ ਕੇ ਕਰੋ ਇਹਨੂੰ ਆਪਾਂ ਰਲ ਕੇ ਕਰੀਏ ਅਤੇ ਇਹਨੂੰ ਇਹਨੂੰ ਅੱਗੇ ਤੋਂ ਅੱਗੇ ਬਤਾਈਏ ਇਹ ਇੱਕ ਤਰ੍ਹਾਂ ਦੀ ਐਕਚੁਲੀ ਇਹ ਅਵੇਅਰਨੈਸ ਕੰਪੇਨ ਹੈਗੀ ਤਾਂ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਇਹਨੂੰ ਅੰਡਰਸਟੈਂਡ ਕਰਾ ਸਕੀਏ ਗਰਾਸ ਰੂਟਸ ਕੈਂਪੇਨ ਹੈਗੀ ਆ ਇਹ ਅਤੇ ਇਹ ਵਧਣੀ ਚਾਹੀਦੀ ਆ ਸੋ ਇਹਨੂੰ ਆਪਾਂ ਠੰਡਾ ਨਾ ਪੈਣ ਦੇਈਏ ਅਤੇ ਹਰ ਇੱਕ ਨੂੰ ਹੋਰ ਵੀ ਬੰਦੇ ਇਹਦੇ ਵਿੱਚ ਜੁੜਨ ਸਾਡੇ ਨਾ ਵੀਡੀਓ ਸਾਡੀ ਵਿਜਾਰਾ ਨੋਮੈਂਟ ਜਿਹੜਾ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਪੈਂਦੇ ਨੇ ਇਕਲਿਪਸ ਨੇ ਵੀ ਆਮ ਨੋਟ ਸਾਊਥ ਏਸ਼ੀਅਨ ਆਮ ਸਿੱਖ ਕਨੇਡੀਅਨ ਯੈਸ ਸੋ ਅਸੀਂ ਚਾਹੁੰਦੇ ਹਾਂ ਵੀ ਹੋਰ ਲੋਕ ਜਿਹੜੇ ਆ ਸਾਡੇ ਨਾਲ ਜੁੜਨ ਅਤੇ ਸਾਨੂੰ ਵੀਡੀਓਜ਼ ਭੇਜਣ ਵੀਰ ਜੀ ਅਖੀਰ 'ਚ ਕੋਂਟੈਕਟ ਕੋਈ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੇ ਜਾਂ ਸੋਸ਼ਲ ਮੀਡੀਆ ਜਾਂ ਆਪਣਾ ਸੈੱਲ ਕੁਝ ਵੀ ਦੇਣਾ ਚਾਹੋ ਰਾਜ ਜੀ ਜੀ ਵੀ ਸ਼ੇਅਰ ਐਟ ਵਨਜਾਰਾ ਨੋਮੈਟ ਡੋਟ ਕੋਮ ਓਕੇ ਇਨਫੋ ਐਟ ਵਨਜਾਰਾ ਨੋਮੈਟ ਡੋਟ ਕੋਮ ਉਹਦੇ 'ਤੇ ਤੁਸੀਂ ਕਰ ਸਕਦੇ ਹੋ ਔਰ ਇੱਕ ਜਿਹੜੀ ਮੈਂ ਇਨਫੋਰਮੇਸ਼ਨ ਆਪਣੇ ਵੱਲੋਂ ਸਾਰਿਆਂ ਵੱਲੋਂ ਦੇਣੀ ਚਾਹੁੰਦਾ ਵੀ ਜਿਹੜੀ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਉਹ ਐਜ਼ ਏ ਰਿਕੁਐਸਟ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਆਪਣੇ ਹੱਕਾਂ ਲਈ ਔਰ ਇਹ ਕੋਈ ਸਾਡਾ ਵਿਵਾਦ ਨਹੀਂ ਚੱਲ ਰਿਹਾ ਇਹ ਬਹੁਤ ਖੂਬਸੂਰਤ ਸਰਕਾਰ ਨਾਲ ਸੰਵਾਦ ਹੋ ਰਿਹਾ ਇਸ ਟਾਈਮ ਔਰ ਉਹ ਸਾਡੀ ਗੱਲ ਸੁਣ ਰਹੇ ਆ ਸੋ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਹ ਗੱਲ 'ਚ ਤੁਸੀਂ ਹੋਰ ਸੱਜਣ ਸਾਡੇ ਨਾਲ ਆ ਕੇ ਬੈਠੋ ਔਰ ਤਾਂ ਕਿ ਅਸੀਂ ਇਹਨੂੰ ਹੋਰ ਮੋਹਰੇ ਲਿਜਾਈਏ ਇਸ ਗੱਲ ਨੂੰ ਸੋ ਸਾਡੀ ਇਹ ਬੇਨਤੀ ਹੈ ਕਿ ਵੀਡੀਓ ਜਿੱਦਾਂ ਆਪਣਾ ਸਨੀ ਵੀਰ ਉਹਨਾਂ ਨੇ ਕਿਹਾ ਭੇਜੋ ਸਾਨੂੰ ਬਣਾ ਕੇ ਜਾਂ ਜਿੱਥੇ ਆਪਣੇ ਤੁਸੀਂ ਬਹਿੰਦੇ ਹੋ ਨਾ ਇੱਕ ਦੂਜੇ ਨੂੰ ਘੱਟੋ ਘੱਟ ਸਵਾਲ ਕਰੋ ਬਈ ਹੂ ਐਮ ਆਈ ਵੀ ਮੇਰੀ ਆਈਡੈਂਟੀ ਕੀ ਆ ਔਰ ਜੇ ਕਿਸੇ ਨੇ ਤੱਕਿਆ ਹੀ ਹੋਇਆ ਨਾ ਵੀ ਉਹਨੇ ਕਹਿਣਾ ਹੀ ਆ ਵੀ ਮੈਂ ਆਮ ਏ ਸਾਊਥ ਏਸ਼ੀਅਨ ਅਸੀਂ ਉਹਦੀ ਵੀ ਰਿਸਪੈਕਟ ਕਰਦੇ ਹਾਂ ਉਹ ਬੇਸ਼ੱਕ ਕਹੇ ਪਰ ਉਹ ਇਹ ਆਈਡੈਂਟੀ ਕਲੈਕਟਿਵਲੀ ਸਾਡੇ 'ਤੇ ਕੋਈ ਠੋਸਣ ਦੀ ਕੋਸ਼ਿਸ਼ ਨਾ ਕਰੇ ਤੁਸੀਂ ਆਪਣੇ ਵਪਾਰ ਲਈ ਕੋਈ ਗ੍ਰਾਂਟ ਲਈ ਬੇਸ਼ੱਕ ਕੋਈ ਨਾ ਲਈ ਚਲਾਓ ਜੋ ਮਰਜ਼ੀ ਕਰੀ ਜਾਓ ਪਰ ਹੋਰ ਵੀ ਚੈਰਿਟੀਆਂ ਬਣਾ ਕੇ ਲਈ ਜਾਂਦੇ ਜੋ ਮਰਜ਼ੀ ਕਰੀ ਜਾਓ ਬਿਲਕੁਲ ਅਸੀਂ ਨਾ ਤਾਂ ਕੋਈ ਜੀ ਚੈਰਿਟੀ ਬਣਾਈ ਹੈ ਹਲੇ ਤੱਕ ਨਾ ਹੀ ਅਸੀਂ ਕੋਈ ਗ੍ਰਾਂਟ ਲਈ ਆ ਨਾ ਹੀ ਇਨ ਫਿਊਚਰ ਸਾਡੀ ਕੋਈ ਇੱਛਾ ਆ ਇਸ ਟੌਪਿਕ ਦੇ ਉੱਪਰ ਵੀ ਜੀ ਕੱਲ੍ਹ ਨੂੰ ਅਸੀਂ ਜੋ ਪਾ ਕੇ ਕੋਈ ਅਹੁਦਾ ਲਵਾਂਗੇ ਜਾਂ ਕੁਛ ਹੋਰ ਸੋ ਔਰ ਇੱਕ ਜਿਹੜੀ ਸਾਡੀ ਨਾ ਹੰਬਲ ਰਿਕੁਐਸਟ ਆ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਤੋਂ ਇਹ ਆ ਵੀ ਸਾਨੂੰ ਆਸ਼ੀਰਵਾਦ ਦਿਓ ਕਿ ਅਸੀਂ ਇਸ ਕੰਮ ਤੋਂ ਪੂਰਾ ਸੱਚੇ ਮਨ ਨਾਲ ਸੱਚੇ ਦਿਲ ਨਾਲ ਕਰ ਸਕੀਏ ਇਹਦੇ ਬਾਰੇ ਧੰਨਵਾਦ ਤੁਸੀਂ ਆਏ ਹੋ ਗੱਲਬਾਤ ਬਹੁਤ ਖੁੱਲ੍ਹ ਕੇ ਹੋਈ ਹੈ ਵਿਦਾਊਟ ਬਾਰਡਰਸ ਹੋਈ ਆ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਜਿਹੜਾ ਨਾ ਉਈਓ ਵੀ ਤੂੰ ਵੀ ਚੰਗਾ ਮੈਂ ਵੀ ਚੰਗਾ ਉਹ ਵੀ ਚੰਗਾ ਉਹ 'ਚ ਕੁਛ ਨਹੀਂ ਖੱਟਣ ਹਾਂਜੀ ਜਿਹੜੀ ਗੱਲ ਕਲੀਅਰ ਹੋਣੀ ਆ ਉਹ ਇਸ ਤਰ੍ਹਾਂ ਹੀ ਚਾਹੀਦਾ ਵੀ ਆਹ ਅਸੀਂ ਕਹਿ ਰਹੇ ਇਹਦਾ ਆਹ ਮਤਲਬ ਇਹਦਾ ਆਹ ਮਤਲਬ ਆ ਹਾਂਜੀ ਧੰਨਵਾਦ ਵਨਜਾਰਾ ਨੋਮੈਡ ਜੀ ਵੈਬਸਾਈਟ ਵੀ ਹੈ ਹਾਂਜੀ ਫੇਸਬੁੱਕ ਦਾ ਪੇਜ ਵੀ ਹੈ ਜੀ ਜੀ ਉੱਥੇ ਬਹੁਤ ਵਧੀਆ ਜਾਣਕਾਰੀ ਵੀ ਹੁੰਦੀ ਹਾਂਜੀ ਔਰ ਇੱਕ ਹੋਰ ਵੈਬਸਾਈਟ ਹੈ ਉਹ www.iamnotsouthasian.com ਉਹਦੇ ਬਾਰੇ ਆਹ ਜਿਹੜੀ ਆਪਾਂ ਅੱਜ ਗੱਲ ਕੀਤੀ ਉਹ ਵੀ ਇੱਕ ਵੱਖਰਾ ਪੇਜ ਬਣਾਇਆ ਹੋਇਆ ਜੀ ਉਹਦਾ ਉੱਥੇ ਵੀ ਜ਼ਰੂਰ ਸਾਰੇ ਜਾਣ ਅਤੇ ਦੇਖਣ ਜਾ ਕੇ ਪੁਰਾਤਨ ਸਾਹਿਤ ਦੇ ਪੁਰਾਤਨ ਸ਼ਸਤਰਾਂ ਦੇ ਜੇ ਦਰਸ਼ਨ ਕਰਨੇ ਨੇ ਤਾਂ ਰਾਜ ਪੰਡਾਲ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਪਰ ਬਹੁਤ ਖਿਆਲ ਨਾਲ ਦਰਸ਼ਨ ਕਰਾਏ ਜਾਂਦੇ ਨੇ ਹਾਂਜੀ ਅਸੀਂ ਹਲੇ ਜੀ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਦੋਂ ਕੋਈ ਮਿਊਜ਼ੀਅਮ ਬਣਿਆ ਅਤੇ ਜਾਂ ਤਾਂ ਅਸੀਂ ਕੁਛ ਚੀਜ਼ਾਂ ਦੇਵਾਂਗੇ ਅਤੇ ਜੇ ਕੋਈ ਮੈਂ ਹਲੇ ਤਾਂ ਨਹੀਂ ਕੁਛ ਅਨਾਊਂਸ ਕਰਨਾ ਚਾਹੁੰਦਾ ਪਰ ਜੇ ਜਿੱਦਾਂ ਅਸੀਂ ਸੋਚਦੇ ਹਾਂ ਜਾਂ ਅਰਦਾਸ ਕਰਦੇ ਹਾਂ ਸਾਰਿਆਂ ਦੇ ਭਲੇ ਲਈ ਜੇ ਕੋਈ ਉਹ ਤੋਂ ਆਪੋਜ਼ਿਟ ਗੱਲ ਹੋਈ ਤਾਂ ਸ਼ਾਇਦ ਅਸੀਂ ਕੁਛ ਅਨਾਊਂਸ ਕਰ ਦਈਏ ਫਿਰ ਜਿੱਥੇ ਸਾਰੀਆਂ ਸੰਗਤਾਂ ਫ੍ਰੀ ਆਫ ਕੋਸਟ ਚਾਹੇ ਉਹ ਸਿੱਖ ਨੇ ਚਾਹੇ ਨੌਨ ਸਿੱਖ ਨੇ ਕੋਈ ਵੀ ਕਿਸੇ ਵੀ ਫਿਰਕੇ ਦੇ ਹੋਣ ਉਹ ਜਾ ਕੇ ਉੱਥੇ ਦੇਖ ਸਕਣਗੇ ਸਾਡੀ ਕੋਸ਼ਿਸ਼ ਹੋਏਗੀ ਜੀ ਧੰਨਵਾਦ ਜੀ ਸ਼ੁਭ ਸ਼ਾਮਾਂ ਅਤੇ ਫਿਰ ਭਵਿੱਖ 'ਚ ਜਦ ਚਾਹੋਗੇ ਆਪਾਂ ਗੱਲ ਕਰਾਂ ਜੀ ਜੀ ਸ਼ੁਕਰੀਆ ਬਹੁਤ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ ਡਾਕਟਰ ਸਾਹਿਬ ਖਰੌੜ ਜੀ ਧੰਨਵਾਦ ਥੈਂਕ ਯੂ